ਅਤੇ ਅੱਜ ਲੈ ਕੇ ਆਏ ਆਪ ਜੀ ਦੇ ਲਈ ਇੱਕ ਨਵੀਂ ਵੀਡੀਓ ਜੋ ਕਿ ਆਪਣਾ ਬਿਛੋੜੀ ਪਿੰਡ ਆ। ਸੋ ਇਹਦੇ ਕਾਫੀ ਜ਼ਿਆਦਾ ਨਾਮ ਆ, ਜਿੱਦਾਂ ਮੈਨੂੰ ਲੱਗਦਾ 2-3 ਉਹ ਟੂਰਨਾਮੈਂਟ ਜਿਹੜੇ ਸੀਗੇ ਘਰਾਂ ਦੇ ਹੁੰਦੇ ਸੀਗੇ, ਹਾਂਜੀ ਦੂਰੋਂ ਦੂਰੋਂ ਜਿਹੜੇ ਲੋਕ ਹੈ ਉਸ ਟੂਰਨਾਮੈਂਟ ਨੂੰ ਦੇਖਣ ਆਉਂਦੇ ਸੀ। ਲਾਗੇ ਪਿੰਡ ਹੈਗਾ ਗੱਠਾਂ ਦੇ ਲਾਗੇ ਤਲਾਮ ਪਿੰਡ ਹੈਗਾ ਸਰਦਾਰ ਵਾਲੀ, ਉੱਥੇ ਸੁਣਿਆ ਹੋਵੇ ਸਰਦਾਰ ਜਰਨੈਲ ਸਿੰਘ ਪਲੇਅਰ ਹੋਏ ਆ ਫੁੱਟਬਾਲ ਦੇ ਪਲੇਅਰ ਜਿਹੜੇ ਹੋਏ ਆ ਉਹ ਏਸ਼ੀਆ ਟੀਮ ਜਿਹੜੀ ਸੀਗੀ ਖੇਡਣ ਗਏ, ਏਸ਼ੀਆ ਕੱਪ ਜਿਹੜੀ ਇੰਡੀਆ ਦੀ ਟੀਮ ਸੀਗੀ ਉਹਦੇ ਕੈਪਟਨ ਵੀ ਰਹੇ ਸੀ ਉਸ ਵਕਤ। ਹਾਂਜੀ ਅਤੇ ਪਿੰਡ ਦੇ ਸਹਿਯੋਗ ਨਾਲ ਹੋਰ ਅਤੇ ਮੈਂ ਭਾਵੇਂ ਛੋਟਾ ਹੀ ਟੂਰਨਾਮੈਂਟ ਕਰਾਵਾਂ ਆਪਣੇ ਖਰਚੇ ਦੇ, ਮੈਂ ਜ਼ਰੂਰ ਟੂਰਨਾਮੈਂਟ ਇਹ ਕਰਾਵਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰੋਤੇ, ਆਪ ਜੀ ਦੇ ਵਾਸਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜੋ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦੇ ਸੀਰੀਜ਼ ਦੇ ਪਹਿਲੀ ਐਪੀਸੋਡ ਦੇ ਵਿੱਚ ਆਪਾਂ ਅੱਜ ਆਪ ਜਿਹੜਾ ਆਪਣਾ ਪਿੰਡ ਵਿਛੋੜੀ ਪੈਂਦਾ ਆ ਉਸ ਦੇ ਵਿੱਚ ਸਾਡੇ ਸਟੂਡੀਓ ਦੇ ਵਿੱਚ ਆਏ ਹੈਗੇ ਨੇ ਕਸ਼ਮੀਰ ਸਿੰਘ ਜੀ ਕਾਨਗੋ। ਸੋ ਉਹ ਆਪਣੇ ਐਕਚੁਅਲੀ ਨਿਊਜ਼ੀਲੈਂਡ ਦੀ ਫੇਰੀ 'ਤੇ ਸੀਗੇ। ਸੋ ਆਪਾਂ ਨੂੰ ਪਤਾ ਲੱਗਿਆ ਤਾਂ ਆਪਾਂ ਇਹਨਾਂ ਦੇ ਨਾਲ ਕੰਟੈਕਟ ਕੀਤਾ ਅਤੇ ਆਪਾਂ ਇਹਨਾਂ ਨੂੰ ਇਨਵਾਈਟ ਕੀਤਾ ਆਪਣੇ ਸਟੂਡੀਓ ਦੇ ਵਿੱਚ। ਸੋ ਆਪ ਜੀ ਦਾ ਸਵਾਗਤ ਹੈ ਸਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੋ ਆਪ ਜੀ ਸਰ ਉਹਨਾਂ ਦਾ ਸਵਾਗਤ ਹੈ ਸਾਡੇ ਸਟੂਡੀਓ ਦਾ ਦੀਪੇ ਵਜੀਦ ਵਾਲੇ। ਸੋ ਆਪ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਆਪਣੇ ਸਾਡੇ ਸਰੋਤਿਆਂ ਨੂੰ ਦੱਸੋ ਕਿ ਜਿਹੜਾ ਆਪਣਾ ਵਿਛੋੜੀ ਪਿੰਡ ਆ, ਸੋ ਇਹਦੇ ਕਾਫੀ ਜ਼ਿਆਦਾ ਨਾਮ ਆ, ਜਿੱਦਾਂ ਮੈਨੂੰ ਲੱਗਦਾ 2-3 ਨਾਮ ਤੋਂ ਇਹ ਬੋਲਿਆ ਜਾਂਦਾ ਆ। ਸੋ ਉਹਦੇ ਪਿੱਛੇ ਕੀ ਹੈਗਾ ਆ ਉਹਦੇ ਪਿੱਛੇ ਮਤਲਬ ਕਿ? ਦੇਖੋ ਜੀ ਪਹਿਲਾਂ ਤਾਂ ਇਹ ਗੱਲ ਇਹ ਹੈ ਕਿ ਪਿੰਡ ਵਿਛੋੜੀ ਜਿਹੜਾ ਹੈਗਾ ਤਹਿਸੀਲ ਬਲਾਚੌਰ ਅਤੇ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਦਾ ਇੱਕ ਪਿੰਡ ਹੈਗਾ। ਹਾਂਜੀ ਜੋ ਕਿ ਬਲਾਚੌਰ ਤੋਂ ਗਰਸ਼ੰਕ ਰੋਡ ਹੈਗਾ ਜੀ ਉਹਦੇ ਚੜ੍ਹਦੇ ਪਾਸੇ ਜਿਹੜਾ ਇਸ ਦੇ ਇੱਕ ਪਿੰਡ ਹੈਗਾ। ਠੀਕ ਹੈ ਜੀ। ਠੀਕ ਹੈ ਜੀ। ਅਤੇ ਜਿਹੜੇ ਜਿੱਥੇ ਤੱਕ ਤੁਸੀਂ ਨਾਂ ਨੂੰ ਕਹਿੰਦੇ ਹੈਗੇ ਆ ਬਾਗਾਂ ਵਾਲੀ ਵਿਛੋੜੀ ਵੀ ਕਹਿ ਦਿੰਦੇ ਸੀਗੇ। ਹਾਂਜੀ ਪੁਰਾਣੇ ਬਜ਼ੁਰਗ। ਹਾਂਜੀ ਉਸ ਵੇਲੇ ਸਾਡੇ ਪਿੰਡ 'ਚ ਬਾਗ ਬਹੁਤ ਹੁੰਦੇ ਸੀਗੇ। ਠੀਕ ਹੈ ਜੀ। ਅੰਬਾਂ ਦੇ ਬਾਗ ਕਾਫੀ ਹੁੰਦੇ ਸੀਗੇ। ਠੀਕ ਹੈ ਜੀ। ਜਿਨ੍ਹਾਂ ਕਰਕੇ ਹੁਣ ਤਾਂ ਖੈਰ ਨਹੀਂ ਰਹੇ, ਉਸ ਸਮੇਂ ਕਾਫੀ ਹੁੰਦੇ ਸੀ ਜਿਸ ਕਰਕੇ ਸਾਡੇ ਪਿੰਡ ਦੀ ਜਿਹੜੀ ਅੱਲ ਇੱਕ ਪੈ ਜਾਂਦੀ ਅੱਲ ਪੈ ਜਾਂਦੀ ਹੈ ਜੀ ਬਾਗਾਂ ਵਾਲੀ ਵਿਛੋੜੀ ਬਾਗਾਂ ਵਾਲੀ ਉਹ ਇਸ ਕਰਕੇ ਬਾਗਾਂ ਵਾਲੀ ਵਿਛੋੜੀ ਵੀ ਕਹਿੰਦੇ ਸੀ। ਉੱਦਾਂ ਸਾਡੇ ਪਿੰਡ ਦਾ ਨਾਮ ਵਿਛੋੜੀ ਹੈ। ਵਿਛੋੜੀ ਹੈ ਜੀ ਜੋ ਕਿ ਨਵੇਂ ਸ਼ਹਿਰ ਸਮੁੰਦੜੇ ਦੇ ਬਲਾਚੌਰ ਵਾਲੀ ਸਾਈਡ 'ਤੇ ਪੈਂਦਾ। ਹਾਂ ਜੋ ਬਲਾਚੌਰ ਤੋਂ ਗੜਸ਼ੰਕ ਨੂੰ ਜਾਂਦੀ ਹੈਗੀ ਹੈ ਜਾਂ ਹੁਸ਼ਿਆਰਪੁਰ ਜਿਹੜੀ ਸੜਕ ਜਾਂਦੀ ਹੈ ਉਹਦੇ ਚੜ੍ਹਦੇ ਪਾਸੇ ਜਿਹੜਾ ਹੈਗਾ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈਗਾ ਪਿੰਡ ਸਾਡਾ। ਠੀਕ ਹੈ ਜੀ। ਦੇਖੋ ਜਿਹੜਾ ਸਾਡਾ ਪਿੰਡ ਹੈਗਾ ਇਹ 4-5 ਕਾਰਨ ਕਰਕੇ ਮਸ਼ਹੂਰ ਹੈਗਾ ਜ਼ਿਆਦਾ। ਹਾਂਜੀ ਕਿ ਪਹਿਲਾ ਕਾਰਨ ਤਾਂ ਇਹ ਸੀਗਾ ਕਿ ਸਾਡੇ ਪਿੰਡ ਕਿਲੇ ਵਾਲੇ ਸਰਦਾਰ ਹੁੰਦੇ ਜੀ, ਉਹਨਾਂ ਦਾ ਕਿਲਾ ਹੁੰਦਾ ਸੀਗਾ, ਸਰਦਾਰ ਹੁੰਦੇ, ਪੁਰਾਣੇ ਜਗੀਰਦਾਰ ਹੁੰਦੇ ਸੀਗੇ। ਹਾਂਜੀ ਉਹ ਪਿੰਡ ਦੇ ਸਰਪੰਚ ਵੀ ਰਹੇ ਹੈ, ਸਰਦਾਰ ਦਤਾਰ ਸਿੰਘ, ਸਰਦਾਰ ਹਰਬੰਸ ਸਿੰਘ। ਹਾਂਜੀ ਅਤੇ ਉਹਨਾਂ ਦੇ ਪਿਤਾ ਤਹਿਸੀਲਦਾਰ ਵੀ ਰਹੇ ਆ ਜੀ। ਅਤੇ ਉੱਥੋਂ ਜਦੋਂ ਲੋਕ ਹੁਣ ਅੱਜ ਕਚਹਿਰੀਆਂ 'ਚ ਜਾਂਦੇ ਹੈਗੇ ਆ ਜਾਂ ਅਦਾਲਤਾਂ 'ਚ ਜਾਂਦੇ ਆ ਉਸ ਵੇਲੇ ਉਹਨਾਂ ਦੇ ਅਦਾਲਤਾਂ ਲੱਗਦੀਆਂ ਹੁੰਦੀਆਂ ਸੀਗੀਆਂ। ਅੱਛਾ ਜੀ। ਠੀਕ ਹੈ ਜੀ। ਜਿਨ੍ਹਾਂ ਨੂੰ ਵਿਛੋੜੀ ਵਾਲੇ ਸਰਦਾਰ ਵੀ ਕਹਿੰਦੇ ਸੀਗੇ ਉਹਨਾਂ ਦੇ ਨਾਂ 'ਤੇ ਵੀ ਸਾਡਾ ਇੱਕ ਪਿੰਡ ਮਸ਼ਹੂਰ ਇਸ ਗੱਲ 'ਤੇ ਮਸ਼ਹੂਰ ਸੀਗਾ। ਸੈਕਿੰਡ ਜਿਹੜਾ ਸੀਗਾ ਸਾਡੇ ਟੂਰਨਾਮੈਂਟ ਜਿਹੜਾ ਸੀਗਾ ਸਾਡੇ ਇਲਾਕੇ 'ਚੋਂ ਸਾਡੇ ਪਿੰਡੇ ਹੁੰਦਾ ਸੀਗਾ। ਓਕੇ। ਉਹ ਸਰਦਾਰ ਮਹਿੰਦਰ ਸਿੰਘ ਜੀ ਢਿੱਲੋਂ ਉਹ ਉਸਦੇ ਚੇਅਰਮੈਨ ਸੀਗੇ ਕਮੇਟੀ ਦੇ, ਉਹਨਾਂ ਨੇ ਹੀ ਸ਼ੁਰੂਆਤ ਕੀਤੀ ਸੀਗੀ ਆਜ਼ਾਦੀ ਤੋਂ ਪਹਿਲਾਂ ਦਾ। ਠੀਕ ਹੈ ਜੀ। ਅਤੇ ਉਹ ਟੂਰਨਾਮੈਂਟ ਜਿਹੜੇ ਸੀਗੇ ਘਰਾਂ ਦੇ ਹੁੰਦੇ ਸੀਗੇ, ਹਾਂਜੀ ਦੂਰੋਂ ਦੂਰੋਂ ਜਿਹੜੇ ਲੋਕ ਹੈ ਉਸ ਟੂਰਨਾਮੈਂਟ ਨੂੰ ਦੇਖਣ ਆਉਂਦੇ ਸੀਗੇ ਜਿਹਦੇ ਵਿੱਚ ਬੈਲ ਗੱਡੀ ਦੀਆਂ ਦੌੜਾਂ, ਫੁੱਟਬਾਲ, ਕਬੱਡੀ ਹੁੰਦੀਆਂ ਸੀਗੀਆਂ। ਹਾਂਜੀ ਤੁਹਾਨੂੰ ਪਤਾ ਵੀ ਬੈਲ ਗੱਡੀਆਂ ਦੇ ਜ਼ਿਮੀਂਦਾਰ ਉਸ ਵੇਲੇ
ਸਾਡੇ ਭਰਾ ਹਾਂਜੀ ਬਹੁਤ ਸ਼ੌਕ ਹੁੰਦਾ ਤਾ ਸ਼ੌਕ ਸੀ ਉਹਨਾਂ ਨੇ ਬਹੁਤ ਦਾ ਹਾਂਜੀ ਉਹ ਦੇਖਣ ਆਉਂਦੇ ਹੁੰਦੇ ਸੀਗੇ ਜੋ ਫੁੱਟਬਾਲ ਦੇ ਸ਼ੌਕੀਨ ਆ ਕਬੱਡੀ ਦੇ ਵੀ ਉਹ ਵੀ ਆਉਂਦੇ ਸੀਗੇ ਹਾਂਜੀ ਅਤੇ ਇਸ ਕਰਕੇ ਉਹ ਸਦਾ ਇੱਕ ਇੰਨਾ ਰਸ਼ ਹੋ ਜਾਂਦਾ ਸੀਗਾ ਤੁਹਾਨੂੰ ਦੱਸਦੇ ਆ ਹਾਂਜੀ ਕਿ ਜੇ ਤੁਸੀਂ ਮੇਰੇ ਨਾਲ ਹੈ ਉਸ ਟੂਰਨਾਮੈਂਟ ਵਿੱਚ ਅਗਰ ਮੈਂ ਵੱਖ ਹੋ ਜਾ ਤੁਹਾਤੋਂ ਹੋ ਗਿਆ ਤੁਸੀਂ ਮੈਨੂੰ ਲੱਭ ਨਹੀਂ ਸਕਦੇ ਇੰਨੀ ਜਨਤਾ ਹੁੰਦੀ ਸੀ ਜੀ ਉਸ ਟੂਰਨਾਮੈਂਟ ਵਿੱਚ ਠੀਕ ਆ ਅਤੇ ਉਸ ਟੂਰਨਾਮੈਂਟ ਵਿੱਚ ਸਰਦਾਰ ਮਹਿੰਦਰ ਸਿੰਘ ਢਿੱਲੋਂ ਨੇ ਉਹ ਸ਼ੁਰੂਆਤ ਕੀਤੀ ਸੀਗੀ ਜਿਹੜੀ ਅੱਜ ਵੀ ਪਰੰਪਰਾ ਕਾਇਮ ਹੈਗੀ ਹੈ ਚੱਲਦਾ ਹਜੇ ਵੀ ਹੁੰਦਾ ਚੱਲਦਾ ਚਲੋ ਉਹ ਸਰਦਾਰ ਹੁਣੀ ਥੋੜ੍ਹੇ ਸਿਆਣੇ ਹੋ ਗਏ ਆ ਹਾਂਜੀ ਅਤੇ ਸਾਡੇ ਲਾਗੇ ਪਿੰਡ ਹੈਗਾ ਗੜਸ਼ੰਕ ਦੇ ਲਾਗੇ ਪਨਾਮ ਪਿੰਡ ਹੈਗਾ ਪਨਾਮ ਹਾਂਜੀ ਉੱਥੇ ਸੁਣਿਆ ਵੀ ਸਰਦਾਰ ਜਰਨੈਲ ਸਿੰਘ ਪਲੇਅਰ ਹੋਏ ਆ ਫੁੱਟਬਾਲ ਦੇ ਪਲੇਅਰ ਜਿਹੜੇ ਹੋ ਗਏ ਉਹ ਏਸ਼ੀਆ ਟੀਮ ਜਿਹੜੀ ਸੀਗੀ ਖੇਡਣ ਗਏ ਏਸ਼ੀਆ ਕੱਪ ਜਿਹੜੀ ਇੰਡੀਆ ਦੀ ਟੀਮ ਸੀਗੀ ਉਹਦੇ ਕੈਪਟਨ ਵੀ ਰਹੇ ਸੀ ਉਸ ਵਕਤ ਹਾਂਜੀ ਅਤੇ ਉਹ ਸਾਡੀ ਉਸ ਗਰਾਊਂਡ ਦੇ ਵਿੱਚ ਉਹ ਖੇਡਿਆ ਜਰਨੈਲ ਸਾਡੀ ਗਰਾਊਂਡ ਦੇ ਵਿੱਚ ਉਹ ਖੇਡਿਆ ਉਹਨੂੰ ਦੇਖਣ ਲਈ ਵੀ ਲੋਕ ਉਸ ਵੇਲੇ ਘੱਟੋ ਘੱਟ 20-30 ਕਿਲੋਮੀਟਰ 'ਤੇ ਲੋਕ ਪੈਦਲ ਉਸ ਵੇਲੇ ਸਿਆਣਿਆਂ ਨੇ ਤੁਰ ਕੇ ਸਿਰਫ ਜਰਨੈਲ ਨੂੰ ਦੇਖਣ ਆਉਣਾ ਉਹ ਦੇਖੋ ਖਾਸੀਅਤ ਅੱਜ ਜਰਨੈਲ ਨੇ ਖੇਡਣਾ ਅਸੀਂ ਅੱਜ ਜਰਨੈਲ ਨੂੰ ਦੇਖਣਾ ਮਤਲਬ ਉਹਦਾ ਨਾਮ ਸੀ ਜਿੱਦਾਂ ਆਪਣੇ ਹਾਂਜੀ ਜੀ ਅਤੇ ਉਹ ਉਹਦਾ ਨਾਂ ਤਾਂ ਹੈ ਹੀ ਸੀ ਉਹ ਏਸ਼ੀਆ ਟੀਮ ਦਾ ਕੈਪਟਨ ਇੰਡੀਆ ਦੀ ਟੀਮ ਦਾ ਕੈਪਟਨ ਰਿਹਾ ਹਾਂਜੀ ਏਸ਼ੀਆ 'ਚ ਖੇਡਿਆ ਉਹ ਜਿੱਦਾਂ ਆਪਣੇ ਲਾ ਲਓ ਕਿ ਤੁਸੀਂ ਸਰਦਾਰ ਮਿਲਖਾ ਸਿੰਘ ਹੋਣੀ ਸੀਗੇ ਜਿਹੜੇ ਹਾਂ ਸਰਦਾਰ ਮਿਲਖਾ ਸਿੰਘ ਜਿੱਦਾਂ ਇਹਦੇ ਸਰਦਾਰ ਬਨਾਵੀ ਜਰਨੈਲ ਦੇ ਸੇਮ ਸੀ ਜਿੱਦਾਂ ਹਾਂ ਉਹਨਾਂ ਦੀ ਕਹਾਵਤ ਬੜੀ ਮਸ਼ਹੂਰ ਸੀ ਜਦੋਂ ਆਪਾਂ ਖੇਡਦੇ ਹੁੰਦੇ ਵੀ ਤੂੰ ਕਿਹੜਾ ਬਨਾਵੀ ਜੈਲਾਂ ਹੋਏ ਅੱਛਾ ਜੀ ਹਾਂ ਉਹਦੇ ਨਾਂ ਦੇ ਇਹ ਕਹਾਵਤ ਬਣੀ ਹੁੰਦੀ ਸੀ ਓਕੇ ਠੀਕ ਹੈ ਨਾ ਉਹ ਟੂਰਨਾਮੈਂਟ ਕਰਕੇ ਵੀ ਜਿਹੜਾ ਸਾਡਾ ਪਿੰਡ ਕਾਫੀ ਮਸ਼ਹੂਰ ਆ ਹਾਂਜੀ ਬੈਲ ਗੱਡੀਆਂ ਦੌੜਾਂ ਸਰਦਾਰ ਧਰਨਾ ਸਿੰਘ ਜੀ ਬਲ ਜੀ ਉਹ ਬੈਲ ਗੱਡੀਆਂ ਦੌੜਾਉਣ ਦੇ ਬਹੁਤ ਸ਼ੌਕੀਨ ਸੀਗੇ ਦੂਰ ਦੂਰ ਗੱਡੀਆਂ ਜਿਹੜੀਆਂ ਉਹ ਦੌੜਾਉਣ ਜਾਂਦੇ ਸੀਗੇ ਔਰ ਜਿੱਤ ਕੇ ਆਉਂਦੇ ਸੀਗੇ ਆਪਣਾ ਨਾਮ ਫਸਟ ਰਹਿੰਦੀਆਂ ਸੀ ਗੱਡੀਆਂ ਧਰਨਾ ਸਿੰਘ ਵਿਛੋੜੀ ਧਰਨਾ ਸਿੰਘ ਵਿਛੋੜੀ ਜਦੋਂ ਧਰਨਾ ਸਿੰਘ ਦਾ ਨਾਂ ਆਇਆ ਉਹਨਾਂ ਦਾ ਪਿੰਡ ਦਾ ਤਾਂ ਨਾਂ ਆਉਣਾ ਹੀ ਸੀਗਾ ਹਾਂਜੀ ਨਾਲ ਪਿੰਡ ਦਾ ਮਸ਼ਹੂਰ ਨਾਂ ਚੱਲਦਾ ਸੀਗਾ ਜਿੱਦਾਂ ਹੁਣ ਤੁਸੀਂ ਲਾ ਲਓ ਕਿ ਸਿੱਧੂ ਮੂਸੇ ਵਾਲੀਆ ਹੋ ਗਿਆ ਸਿੱਧਾ ਮੂਸੇ ਵਾਲੀਆ ਹੋ ਗਿਆ ਮੂਸੇ ਵਾਲੇ ਦਾ ਨਾਮ ਵੱਜਦਾ ਜਿੱਦਾਂ ਉਹਦਾ ਨਾਂ ਵੱਜਦਾ ਹਾਂਜੀ ਅਤੇ ਇੱਦਾਂ ਵਿਛੋੜੀ ਨਾਮ ਵੱਜਦਾ ਸੀਗਾ ਹਾਂ ਵੀ ਕਿਹਦੀ ਗੱਡੀ ਫਸਟ ਆਈ ਆ ਉਹ ਧਰਨਾ ਸਿੰਘ ਵਿਛੋੜੀ ਦੀ ਆਈ ਹੈ ਠੀਕ ਆ ਹਾਂਜੀ ਇਸ ਕਰਕੇ ਵੀ ਸਾਡਾ ਜਿਹੜਾ ਪਿੰਡ ਹੈ ਮਸ਼ਹੂਰ ਇਸ ਕਰਕੇ ਵੀ ਜਾਣਿਆ ਜਾਂਦਾ ਹੈ ਠੀਕ ਆ ਜੀ ਤੀਜੇ ਨੰਬਰ 'ਤੇ ਹਾਂਜੀ ਹੁਣ ਸਾਡੇ ਪਿੰਡ ਜਿੱਦਾਂ ਮੁਲਾਜ਼ਮ ਬਹੁਤ ਹੈ ਅੱਛਾ ਜੀ ਸਰਕਾਰੀ ਮਹਿਕਮੇ ਸਰਕਾਰੀ ਮਹਿਕਮੇ 'ਚ ਬੜੇ ਮੁਲਾਜ਼ਮ ਹੈਗੇ ਆ ਵੱਡੀਆਂ ਪੋਸਟਾਂ 'ਤੇ ਹਾਂ ਦੇਖੋ ਸਾਡੇ ਪਿੰਡ ਨੇ ਬੜੀ ਕੁਦਰਤ ਦੀ ਮਿਹਰ ਰਹੀ ਹੈ ਪਹਿਲਾਂ ਤਾਂ ਹਾਂਜੀ ਹਰ ਪੱਖ 'ਚ ਹਰ ਖੇਤਰ 'ਚ ਮੱਲਾਂ ਮਾਰੀਆਂ ਠੀਕ ਹੈ ਜੀ ਹੁਣ ਦੇਖੋ ਸਾਡੇ ਪਿੰਡ ਆਜ਼ਾਦੀ ਘਲਾਟੀ 'ਤੇ ਹੋਇਆ ਪਰਿਵਾਰ ਪੰਜ ਛੇ ਜੋ ਹੈਗੇ ਆ ਆਜ਼ਾਦੀ ਘਲਾਟੀ ਹੋਏ ਆ ਹਾਂਜੀ ਜੈਤੋ ਦੇ ਮੋਰਚਾ ਲੱਗਿਆ ਉੱਥੇ ਵੀ ਗਏ ਆ ਅੱਛਾ ਜੀ ਹੋਰ ਧਾਰਮਿਕ ਯੁੱਧ ਲਈ ਵੀ ਪਰਿਵਾਰ ਜੇਲ੍ਹਾਂ ਵਿੱਚ ਵੀ ਕੱਟੀਆਂ ਉੱਧਰ ਵੀ ਕਾਫੀ ਯੋਗਦਾਨ ਉਹਨਾਂ ਨੇ ਪਾਇਆ ਠੀਕ ਹੈ ਜੀ ਹਾਂਜੀ ਅਤੇ ਹੋਰ ਵਿੱਦਿਆ ਦੇ ਖੇਤਰ 'ਚ ਰੱਖ ਲਓ ਜੀ ਵਿੱਦਿਆ ਦੇ ਖੇਤਰ ਵਿੱਚ ਦੇਖੋ ਪੜ੍ਹ ਲਿਖੇ ਜਿਹੜੇ ਹੈਗੇ ਆ ਉਸ ਵਿਅਕਤੀ ਹਾਂਜੀ ਹਾਂਜੀ ਉਹ ਚੌਧਿਆਂ 'ਤੇ ਉਹ ਲੱਗੇ ਜਿਨ੍ਹਾਂ ਨੇ ਪਿੰਡ ਦਾ ਨਾਂ ਰੋਸ਼ਨ ਕੀਤਾ ਹਾਂਜੀ ਅਤੇ ਜੇ ਹੁਣ ਮੈਂ ਤੁਹਾਨੂੰ ਕੈਟਾਗਰੀ ਬਾਰੇ ਸਮਝਾਵਾਂ ਜੀ ਜੀ ਅਤੇ ਮਹਿਕਮੇ ਬਾਈ ਜੀ ਹਾਂਜੀ ਹਰ ਇੱਕ ਮਹਿਕਮੇ 'ਚ ਬੰਦੇ ਹੈ ਹਰ ਇੱਕ ਮਹਿਕਮੇ 'ਚ ਜਿਹੜਾ ਹੈ ਵਿਅਕਤੀ ਸਰਵਿਸ ਕੀਤੀ ਆ ਚੰਗੇ ਅਹੁਦੇ ਨੇ ਕੀਤੇ ਠੀਕ ਹੈ ਜੀ
ਸੋ ਦੱਸੋ ਆਪ ਜੀ ਮਤਲਬ ਕਿ ਕਿਹੜੇ ਕਿਹੜੇ ਮਤਲਬ ਕਿ ਮਹਿਕਮੇ ਸੀਗੇ ਉਹਦੇ ਵਿੱਚ, ਜਿੱਦਾਂ ਪੁਲਿਸ ਹੋ ਗਈ, ਆਰਮੀ ਹੋ ਗਈ? ਹਾਂ, ਪਹਿਲਾਂ ਦੇਖੋ ਆਪਾਂ ਲੈ ਲੈਂਦੇ ਹਾਂ, ਉੱਦਾਂ ਤਾਂ ਕੋਈ ਛੋਟਾ ਨਹੀਂ ਹੁੰਦਾ, ਸਾਰੇ ਵੱਡੇ ਹੁੰਦੇ ਆ। ਠੀਕ, ਪੜ੍ਹਿਆ ਹੋ, ਪਹਿਲਾਂ ਲੈ ਲਓ ਡਾਕਟਰ ਲੈ ਲਓ। ਅੱਛਾ ਜੀ, ਡਾਕਟਰ ਵਿੱਚ ਸਾਡੇ ਪਿੰਡ 3 ਵਿਅਕਤੀ ਡਾਕਟਰ ਬਣੇ, ਸਰਦਾਰ ਚਰਨ ਸਿੰਘ, ਮਾਸਟਰ ਕਸ਼ਮੀਰੀ ਲਾਲ ਦਾ ਮੁੰਡਾ ਡਾਕਟਰ ਬਣਿਆ। ਅੱਛਾ ਜੀ, ਇੱਕ ਮੁੰਡਾ ਹੋਰ ਡਾਕਟਰ ਜਨਰਲ ਵਰਗ 'ਚੋਂ ਸਰਦਾਰ ਜੋਗਿੰਦਰ ਸਿੰਘ ਦਾ ਮੁੰਡਾ, ਓਕੇ, ਉਹ ਡਾਕਟਰ ਬਣਿਆ MBBS। ਠੀਕ ਹੈ, ਇਸ ਵੇਲੇ ਅਮਰੀਕਾ ਵਿੱਚ ਵੈਲ ਸੈਟਲ ਹੈਗੇ। ਅੱਛਾ ਜੀ, ਅਤੇ ਹੋਰ ਦੋ ਲੜਕੀਆਂ ਨੇ BDS ਕੀਤੀ ਹੈਗੀ, ਉਹ ਪੜ੍ਹ ਲਿਖ ਕੇ ਡਾਕਟਰ ਬਣੀਆਂ, ਉਹ ਵੀ ਵਿਦੇਸ਼ਾਂ ਵਿੱਚ ਸੈਟਲ ਹੈ। ਹਾਂ, ਅਤੇ ਇਸ ਪੱਖੋਂ ਡਾਕਟਰੀ ਲਾਈਨ 'ਚ ਕਾਫੀ ਹੋ ਗਿਆ, ਕਈਆਂ ਨੇ BSC ਨਰਸਿੰਗ ਕੁੜੀਆਂ ਨੇ ਕੀਤੀ ਹੈ, ਉਹ ਵਿਦੇਸ਼ਾਂ ਵਿੱਚ ਗਈਆਂ ਪੜ੍ਹ ਲਿਖ ਕੇ, ਹਰ ਇੱਕ ਪੱਖ ਡਾਕਟਰੀ ਲਾਈਨ ਹੋ ਗਿਆ। ਉਹ ਦੂਸਰਾ ਡਾਕਟਰ ਲੈ ਲਓ ਪਸ਼ੂ ਪਾਲਣ ਵਿਭਾਗ, ਹਾਂਜੀ, ਉਹਦੇ ਵਿੱਚ ਵੀ ਪਸ਼ੂ ਪਾਲਣ ਵਿਭਾਗ 'ਚ ਵੀ ਡਾਕਟਰ ਪੜ੍ਹ ਲਿਖ ਕੇ ਡਾਕਟਰ ਬਣੇ ਆ। ਠੀਕ ਹੈ ਜੀ, ਇਹ ਸਾਰੇ ਮਤਲਬ ਜਿੰਨੇ ਵੀ ਹੈਗੇ ਸਾਰੇ ਆਪ ਜੀ ਦੇ ਪਿੰਡ ਤੋਂ ਹੀ ਆ, ਸਾਰੇ ਬਿਲੋਂਗ ਕਰਦੇ ਪਿੰਡ ਤੋਂ ਪਿੰਡ ਤੋਂ। ਹੁਣ ਮੈਂ ਤੁਹਾਨੂੰ ਕੈਟਾ ਵਾਰੀ ਤੁਸੀਂ ਪੁੱਛਿਆ ਹੋਊ ਦੱਸ ਦਿੰਦੇ, ਉਹ ਡਾਕਟਰ ਬਣੇ ਹੈਗੇ ਆ। ਠੀਕ ਹੈ ਜੀ, ਹੁਣ ਲੈ ਲਓ ਬੈਂਕ, ਬੈਂਕਿੰਗ ਸਰਵਿਸ। ਅੱਛਾ ਜੀ, ਬਤੌਰ ਜਿਹੜੇ ਹੈ ਦੋ ਤਿੰਨ ਬੰਦੇ ਜਿਹੜੇ ਹੈਗੇ ਉਹ ਮੈਨੇਜਰ ਬਣੇ, ਬਤੌਰ ਮੈਨੇਜਰ ਰਿਟਾਇਰ ਹੋਏ ਆ। ਠੀਕ ਹੈ ਜੀ, ਇੱਕ ਦਲਜੀਤ ਸਿੰਘ ਆ, ਉਹ ਮੈਨੇਜਰ ਤੋਂ ਵੀ ਉੱਪਰ ਉਹਦੀ ਪੋਸਟ, ਉਹ ਰਿਟਾਇਰ ਹੋ ਗਿਆ ਉਸ ਅਹੁਦੇ ਤੋਂ। ਠੀਕ ਹੈ ਜੀ, ਰਾਮ ਲਾਲ ਜੀ ਮੈਨੇਜਰ ਕੋਵਿਡ ਬੈਂਕ ਤੋਂ ਰਿਟਾਇਰ ਹੋਏ ਜੀ। ਗੁਰਮੇਲ ਸਿੰਘ ਜੀ ਆਪਣੇ, ਉਹਨਾਂ ਦੀ ਡੈਥ ਹੋ ਗਈ ਹੈ, ਅਤੇ ਉਹ ਵੀ ਬਤੌਰ ਮੈਨੇਜਰ ਰਿਟਾਇਰ ਹੋਏ ਆ। ਅਤੇ ਬੈਂਕਾਂ ਵਿੱਚ ਵੀ ਇਸ ਖੇਤਰ 'ਚ ਵੀ ਗਏ ਆ, ਟੀਚਰ ਦੇ ਖੇਤਰ 'ਚ ਵਾਧਾ, ਉਹਦਾ ਕਾਰਨ ਮੈਂ ਤੁਹਾਨੂੰ ਬਾਅਦ 'ਚ ਦੱਸੂਗਾ। ਹਾਂਜੀ ਹਾਂਜੀ, ਕਾਰਨ ਜ਼ਰੂਰ ਦੱਸੋ। ਹਾਂ, ਟੀਚਰ ਦੇ ਖੇਤਰ 'ਚ ਵੀ ਜ਼ਿਆਦਾ ਮੁਲਾਜ਼ਮ ਗਏ ਆ। ਹੁਣ ਪਹਿਲਾਂ ਲੈ ਲਓ ਹੈੱਡਮਾਸਟਰ ਰਿਟਾਇਰ ਕਾਫੀ ਹੋਏ, ਸਰਦਾਰ ਸਰਬਣ ਸਿੰਘ ਜੀ ਜਿਹਨਾਂ ਦੀ ਪਿੱਛੇ ਜਿਹਾ ਮੌਤ ਹੋ ਗਈ ਹੈ ਢਾਹਾ, ਉਹਨੇ ਦੇਖੋ ਫੌਜ ਵਿੱਚ ਵੀ ਭਰਤੀ ਹੋਏ ਆ, ਫਿਰ ਉਹਨੇ ਡਬਲ MA ਕੀਤੀ, ਬਤੌਰ ਉਹ ਹੈੱਡਮਾਸਟਰ ਰਿਟਾਇਰ ਹੋਏ, ਸਾਡੇ ਪਿੰਡੋਂ ਹੀ ਹੋਏ। ਮਹਿੰਦਰ ਸਿੰਘ ਢਿੱਲੋਂ ਵੀ, ਉਹ ਵੀ ਬਤੌਰ ਹੈੱਡਮਾਸਟਰ ਰਿਟਾਇਰ ਹੋਏ, ਜਿਹੜੇ ਸਾਡੇ ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਸੀਗੇ, ਜਿਹੜੀ ਟੂਰਨਾਮੈਂਟ ਦੀ ਨੀਂਹ ਪੱਥਰ ਰੱਖੀ ਹੈ ਜੀ। ਅਤੇ ਰਾਮਦਾਸ ਪ੍ਰਿੰਸੀਪਲ, ਬਤੌਰ ਪ੍ਰਿੰਸੀਪਲ ਰਿਟਾਇਰ ਹੋਏ ਆ। ਮਾਸਟਰ ਰਮੇਸ਼ ਜੀ ਹੈੱਡਮਾਸਟਰ ਰਿਟਾਇਰ ਹੋਏ ਆ, ਮਾਸਟਰ ਕਸ਼ਮੀਰੀ ਲਾਲ ਜੀ ਉਹ ਹੈੱਡਮਾਸਟਰ ਰਿਟਾਇਰ ਹੋਏ ਆ, ਉਹਨਾਂ ਦੇ ਛੋਟੇ ਬ੍ਰਦਰ ਸੀਗੇ, ਉਹਨਾਂ ਦੀ ਔਨ ਡਿਊਟੀ ਡੈਥ ਹੋ ਗਈ, ਉਹ ਵੀ ਬਤੌਰ ਹੈੱਡਮਾਸਟਰ ਸੀਗੇ। ਅੱਛਾ ਜੀ, ਅਤੇ ਦੂਜੇ ਪਾਸੇ ਸਰਦਾਰ ਆਪਣੇ ਰਜਿੰਦਰ ਜੀ, ਉਹ ਬਤੌਰ ਇੱਥੋਂ ਵੀ ਪੜ੍ਹੇ ਆ, ਫਿਰ ਸਪੋਰਟਸ ਕਾਲਜ ਜਲੰਧਰ ਪੜ੍ਹੇ ਆ, ਇਸ ਵੇਲੇ ਸਾਡੇ ਪਿੰਡੇ ਸਕੂਲ 'ਚ ਲੈਕਚਰਾਰ, ਉਹ ਫੁੱਟਬਾਲ ਦੇ ਵੀ ਪਲੇਅਰ ਰਹੇ ਆ, ਨਾਲ ਦੀ ਨਾਲ ਪੜ੍ਹਾਈ ਵੀ ਕੀਤੀ ਹੈ, ਫੁੱਟਬਾਲ ਵੀ ਖੇਡੇ। ਅਤੇ ਹਾਂ, ਇੱਕ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਤਰਨਜੀਤ ਸਿੰਘ, ਦੇਖੋ ਉਹ ਯੂਨੀਵਰਸਿਟੀ ਤੋਂ ਵੀ ਉਹਨੇ ਟੋਪਰ ਕੀਤਾ, ਗੋਲਡ ਮੈਡਲ ਉਹਨੂੰ ਮਿਲਿਆ ਸੀ। ਹਾਂ, ਉਹ ਬਤੌਰ ਪ੍ਰਿੰਸੀਪਲ ਤੋਂ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਜ਼ਿਲ੍ਹੇ 'ਚ, ਸ਼ਹੀਦ ਭਗਤ ਸਿੰਘ ਜੀ ਜ਼ਿਲ੍ਹਾ ਸਿੱਖਿਆ ਅਫਸਰ ਵੀ ਰਹੇ ਆ। ਉਹਨਾਂ ਦਾ ਕੀ ਨਾਮ? ਉਹਨਾਂ ਆਪਣੇ ਤਰਨਜੀਤ ਸਿੰਘ। ਹਾਂ, ਦੇਖੋ ਉਹ ਕਿੰਨੇ, ਉਹਨਾਂ ਨੇ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ। ਅਤੇ ਮਾਸਟਰ ਕੇਵਲ ਜੀ, ਉਹ ਬਤੌਰ ਇਸ ਵੇਲੇ ਲਾਗੇ ਸਾਡੇ ਪਿੰਡ ਹੈ ਕੌਲਗੜ੍ਹ, ਪਲੱਸ ਟੂ ਤੱਕ ਸਕੂਲ ਆ ਉੱਥੇ, 10ਵੀਂ ਤੱਕ ਕਿੰਨਾ, ਉੱਥੇ ਇਸ ਵੇਲੇ ਹੈੱਡਮਾਸਟਰ। ਅਤੇ ਉਹਨਾਂ ਦੀ ਕੁੜੀ ਹੈ, ਬਹੁਤ ਚੰਗਾ ਆਪਣੇ ਲੁਧਿਆਣੇ ਪੜ੍ਹੀ ਹੈ ਐਗਰੀਕਲਚਰ ਯੂਨੀਵਰਸਿਟੀ 'ਚ,
ਐਗਰੀਕਲਚਰ ਯੂਨੀਵਰਸਿਟੀ, ਇਸ ਵੇਲੇ ਉਹ ਅਮਰੀਕਾ ਗਈ, ਸਕੋਲਰਸ਼ਿਪ ਉਹਨੂੰ ਲੱਗਿਆ। ਅੱਛਾ ਜੀ। ਅਮਰੀਕਾ ਵਿੱਚ ਸਟੱਡੀ ਕਰਨ ਗਈ। ਮਤਲਬ ਇੰਨਾ ਅਹੁਦਿਆਂ 'ਤੇ ਹੈਗੇ ਆ ਲੜਕੀਆਂ ਵੀ ਗਾਹਾਂ। ਫੌਜ ਵਿੱਚ ਲੈ ਲਓ, ਹੈਂਜੀ, ਹਾਂਜੀ, ਹਾਂ, ਫਿਰ ਕਈਆਂ ਨੇ ਬੀ ਐੱਸ ਸੀ ਜਦੋਂ ਉਸ ਵੇਲੇ ਸਮਿਆਂ ਵਿੱਚ ਜਦੋਂ ਬਹੁਤ ਇਨਕਮ ਘੱਟ ਹੁੰਦੀ ਸੀਗੀ, ਇਨਕਮ ਦੇ ਸੋਰਸ ਇੰਨੇ ਦੇਖੋ ਹੈ ਨਾ, ਛੋਟੀਆਂ ਬਰਾਦਰੀ ਰੱਖ ਲਓ, ਉਸ ਵੇਲੇ ਵੀ ਕੁਛ ਵਿਅਕਤੀਆਂ ਨੇ ਬੀ ਐੱਸ ਸੀ ਕੀਤੀ ਹੈ। ਸਭ ਤੋਂ ਪਹਿਲਾਂ ਮੇਰੇ ਤਾਏ ਦਾ ਹੀ ਲੜਕਾ ਸੀਗਾ ਸ਼੍ਰੀ ਮੋਹਨ ਲਾਲ ਜੀ, ਉਹਨਾਂ ਨੇ ਉਸ ਵੇਲੇ ਬੀ ਐੱਸ ਸੀ ਕੀਤੀ। ਬੀ ਐੱਸ ਸੀ ਜਿਹੜੀ ਪੜ੍ਹਾਈ ਆ, ਬੀ ਐੱਸ ਸੀ ਮੈਡੀਕਲ ਨਾਲ ਬਹੁਤ ਔਖੀ ਪੜ੍ਹਾਈ ਹੁੰਦੀ। ਫਿਰ ਇੱਕ ਇੱਦਾਂ ਉਹ ਬਤੌਰ ਐੱਸ ਡੀ ਓ ਟੈਲੀਫੋਨ ਮਹਿਕਮੇ ਰਿਟਾਇਰ ਹੋਏ। ਅੱਛਾ ਜੀ। ਉਹਨਾਂ ਦੇ ਬ੍ਰਦਰ ਪ੍ਰੋਫੈਸਰ ਵਰਿੰਦਰ ਕੁਮਾਰ ਜੀ, ਉਹ ਪ੍ਰੋਫੈਸਰ ਰਿਟਾਇਰ ਹੋਏ ਆ, ਗੌਰਮੈਂਟ ਕਾਲਜ ਰੋਪੜ ਪੜ੍ਹਾਉਂਦੇ, ਨਾ ਸੋਰੀ, ਗੜਸ਼ੰਕਰ ਪੜ੍ਹਾਉਂਦੇ ਰਹੇ, ਠੀਕ ਹੈ, ਹਰ ਖੇਤਰ 'ਚ ਦੇਖੋ ਗਏ ਹੈਗੇ ਆ। ਫਿਰ ਗੁਰਮੇਲ ਸਿੰਘ ਨੇ ਬੀ ਐੱਸ ਸੀ ਉਸ ਵੇਲੇ ਕੀਤੀ ਹੈ, ਕਰਨੈਲ ਸਿੰਘ ਨੇ ਆਪਣੇ ਉਹ ਬੀ ਐੱਸ ਸੀ ਕੀਤੀ ਹੈ, ਉਹ ਬਤੌਰ ਟੀਚਰ ਵੀ ਰਹੇ ਸੀਗੇ, ਮੇਰਾ ਉਹ ਵੀ ਭਤੀਜਾ ਹੀ ਲੱਗਦਾ, ਉਹ ਕੀਤੀ ਹੈ, ਪਰ ਅੱਜ ਕੱਲ੍ਹ ਉਹ ਆਸਟ੍ਰੇਲੀਆ ਸੈਟਲ ਹੋ ਗਏ ਆ। ਯਾਨੀ ਵੱਖ ਵੱਖ ਅਹੁਦਿਆਂ 'ਤੇ ਇਹ ਸਿੱਖਿਆ ਵਿਭਾਗ 'ਚ ਹੋਏ ਆ, ਮਤਲਬ ਜ਼ਿਆਦਾ ਹੋਈ ਟੀਚਰ ਮਹਿਕਮੇ 'ਚ ਜ਼ਿਆਦਾ ਹੈ। ਹਾਂ ਹਾਂ, ਟੀਚਰ ਮਹਿਕਮੇ 'ਚ ਥੋੜ੍ਹੇ ਜ਼ਿਆਦਾ ਆ, ਇੰਨੇ ਉੱਚ ਅਹੁਦਿਆਂ 'ਤੇ ਰਹੇ ਆ, ਬਤੌਰ ਹੈਡਵਾਟਰ ਵੀ ਰਿਟਾਇਰ ਹੋਏ ਆ। ਹੋਰ ਉਹ ਪ੍ਰਾਇਮਰੀ ਟੀਚਰ ਬਹੁਤ ਹੈਗੇ ਆ ਜੇ ਦੱਸੇਗੇ। ਅੱਛਾ ਜੀ। ਜਿਹੜੇ ਉਹ ਤਾਂ ਮੈਂ ਹਾਲੇ ਗਿਣੇ ਹੀ ਨਹੀਂ, ਕਾਫੀ ਲੰਬੀ ਲਿਸਟ ਹੈਗੀ ਆ, ਕਾਫੀ ਲੰਬੀ। ਉਹਦਾ ਕਾਰਨ ਵੀ ਹਾਂਜੀ, ਕਾਰਨ ਜ਼ਰੂਰ ਦੱਸੋ। ਹਾਂ, ਕਾਰਨ ਉਹ ਵੀ ਦੱਸ ਦਿੰਦਾ। ਫਿਰ ਫੋਰੈਸਟ ਮਹਿਕਮਾ ਲੈ ਲਓ, ਸੀਰ ਸਿੰਘ ਜੀ ਗਰਚਾ, ਉਹ ਫੋਰੈਸਟ ਅਰੇਂਜਰ ਤਿਆਰ, ਆਪਣੇ ਅਰੇਂਜਰ ਰਿਟਾਇਰ ਹੋਏ ਆ। ਮੇਰੇ ਤਾਂ ਜੀ ਧਿਆਨ ਸਿੰਘ ਸੀਗੇ, ਉਹ ਅਰੇਂਜਰ ਰਿਟਾਇਰ ਹੋਏ, ਬਤੌਰ ਫੋਰੈਸਟ ਅਰੇਂਜਰ ਜਿਹੜੇ ਸੀਗੇ, ਮਤਲਬ ਰਿਟਾਇਰ ਹੋਏ ਆ। ਵਕੀਲ ਸਾਡੇ ਪਿੰਡ ਬਣੇ ਆ, ਹੈਂਜੀ, ਉਹ ਅੱਜ ਕੱਲ੍ਹ ਚੰਡੀਗੜ੍ਹ ਪ੍ਰੈਕਟਿਸ ਕਰਦੇ ਆ। ਬਸ ਕਾਫੀ ਉੱਚ ਅਹੁਦਿਆਂ 'ਤੇ ਰਹੇ ਆ ਮੁਲਾਜ਼ਮ, ਅਤੇ ਹਰ ਖੇਤਰ 'ਚ ਮਤਲਬ ਜਿਹੜੀਆਂ ਹੈਗੀਆਂ ਮੱਲਾਂ, ਹਰ ਖੇਤਰ 'ਚ ਮੱਲਾਂ ਮਾਰੀਆਂ, ਮੱਲਾਂ ਮਾਰੀਆਂ ਹੈਗੀਆਂ, ਠੀਕ ਹੈ ਜੀ। ਇਹ ਅਤੇ ਦੂਜੀ ਗੱਲ ਹੈਗੀ ਆ ਵੀ ਇਹਦਾ ਕਾਰਨ ਜੇ ਤੁਸੀਂ ਪੁੱਛਦੇ ਹੋ, ਸਪੋਰਟ ਦੱਸੋ ਕਿ ਮਤਲਬ ਕਿ ਉਸ ਸਮਿਆਂ ਦੇ ਹਿਸਾਬ ਦੇ ਨਾਲ ਇੰਨੀਆਂ ਉੱਚੀ ਪੱਧਰ ਦੀਆਂ ਮਤਲਬ ਪੜ੍ਹਾਈਆਂ ਕੀਤੀਆਂ ਹੋਈਆਂ, ਉਹਦੇ ਬੈਕ ਮਤਲਬ ਕੌਣ ਸੀਗਾ ਜਿਹਦਾ ਬੈਕਬੋਨ ਹੁੰਦਾ? ਦੇਖੋ, ਸਭ ਤੋਂ ਪਹਿਲਾਂ ਤਾਂ ਦੇਣ ਸੀਗੀ ਵੀ ਪਿੰਡ 'ਚ ਸਕੂਲ ਹੋਣਾ, ਦਸਵੀਂ ਤੱਕ ਸੀਗਾ ਸਕੂਲ, ਸਾਹਿਬਜ਼ਾਦਾ ਸਕੂਲ ਦਾ ਪੜ੍ਹਦੇ ਸੀਗੇ, ਪੜ੍ਹੇ, ਹੈਂਜੀ, ਇਹ ਬੜੀ ਪਹਿਲ ਹੁੰਦੀ ਜੇ ਪਿੰਡ 'ਚ ਸਕੂਲ ਹੋਵੇ, ਵੱਧ ਨਿਆਣੇ ਪੜ੍ਹਦੇ ਜਾਂ ਪੜ੍ਹੇ ਹੈਗੇ ਆ, ਠੀਕ ਹੈ ਨਾ, ਅਤੇ ਨੇੜੇ ਗੜਸ਼ੰਕਰ ਕਾਲਜ ਪੜ੍ਹੇ ਆ ਜਾਂ ਕੁਛ ਨਵਾਂਸ਼ਹਿਰ ਕਾਲਜ ਪੜ੍ਹੇ ਆ, ਰੋਪੜ ਕਾਲਜ ਪੜ੍ਹੇ ਆ, ਕੁਛ ਖਾਲਸਾ ਕਾਲਜ ਬਾਅਦ ਪੜ੍ਹੇ ਹੈਗੇ, ਇਹਨਾਂ ਕਾਲਜਾਂ 'ਚ ਗਾਹਾਂ ਪੜ੍ਹ ਕੇ ਉਸ ਉਹਨਾਂ ਨੇ ਸਰਵਿਸਾਂ ਕੀਤੀਆਂ। ਹੁਣ ਇਹਦਾ ਕਾਰਨ ਇਹ ਸੀਗਾ, ਅੱਗੇ ਜਦੋਂ ਪੜ੍ਹਾਈ ਹੁੰਦੀ ਸੀਗੀ, ਬੀ ਏ ਬੰਦਾ ਕਰਦਾ ਸੀ ਜਾਂ ਐੱਮ ਏ ਕਰਦਾ, ਬੀ ਏ ਬੀ ਐੱਡ ਕਰਦਾ, ਉਸ ਵੇਲੇ ਇੱਕ ਖੇਤਰ ਦਾ ਹੀ ਪਤਾ ਹੁੰਦਾ ਵੀ ਹਾਂ ਵੀ ਬੀ ਏ ਕਰਦੇ ਬੀ ਐੱਡ ਕਰ ਰਹੀ ਹੈ। ਉਹ ਜ਼ਿਆਦਾਤਰ ਫਿਰ ਇਸ ਟੀਚਰ ਲਾਈਨ 'ਚ ਜ਼ਿਆਦਾ ਉੱਧਰੋਂ ਗਏ। ਹੁਣ ਤਾਂ ਹਰੇਕ ਖੇਤਰ 'ਚ ਚਲੇ ਜਾਂਦਾ, ਕੋਈ ਇੰਜੀਨੀਅਰ ਬਣ ਜਾਂਦਾ, ਕੋਈ ਡਾਕਟਰ ਬਣ ਜਾ ਕੇ ਖੁਦ ਉਹ ਚਲੇ ਜਾਂਦੇ ਸੀ। ਉਹ ਜਿਹੜੇ ਸਭ ਤੋਂ ਵੱਡੀ ਦੇਣ, ਦੋ ਮਹਾਨ ਸਿੱਖੀ ਦਾ ਹੋਰ ਵੀ ਹੋਈਆਂ ਸਾਡੇ ਪਿੰਡ, ਉਹਨਾਂ ਦਾ ਵੀ ਮੈਂ ਜ਼ਿਕਰ ਕਰ ਦਵਾਂ ਇੱਥੇ ਥੋੜ੍ਹਾ, ਉਹਦਾ ਜ਼ਰੂਰੀ ਹੈ ਜੀ। ਸਰਦਾਰ ਗੁਰਬਖਸ਼ ਸਿੰਘ ਜੀ ਬੱਲ, ਅਤੇ ਉਹਨਾਂ ਦੇ ਉਹ ਸਿੱਖਿਆ ਮਹਿਕਮੇ 'ਚ ਹੁੰਦੇ ਸੀ, ਉਹਨਾਂ ਦੀ ਪੋਸਟ ਵੀ ਵੱਡੀ ਹੋਈਗੀ। ਉਹਨਾਂ ਨੇ ਉਸ ਵੇਲੇ ਆਪਣੇ ਪਿੰਡ ਬਾਰੇ ਸੋਚਿਆ, ਰਹਿ ਕੇ ਦੇਖੋ, ਉਹ ਪਿੰਡ 'ਚ ਬਹੁਤਾ ਚਿਰ ਵੀ ਰਹੇ ਨੇ, ਸਰਬਸ ਰੋਪੜ ਰਹਿਣ ਲੱਗ ਪਿਆ ਸੀਗੇ। ਉਹਨਾਂ ਨੇ ਪਿੰਡ ਰਹਿ ਕੇ ਉਸ ਵੇਲੇ ਸਮਾਂ ਦੇਖੋ ਕਿਹੋ ਜਿਹਾ ਸੀਗਾ, ਆਪਣੇ ਪਿੰਡ ਦੇ ਬਾਰੇ ਕੇ ਉਹਨੇ ਗਾਈਡ ਕੀਤਾ ਉਹਨੂੰ ਸਿੱਖਿਆ ਮਹਿਕਮੇ 'ਚ। ਜੇ ਬੀ ਟੀ ਉਸ ਵੇਲੇ ਕੋਰਸ ਹੁੰਦਾ, ਜੇ ਬੀ ਟੀ ਦਾ ਪ੍ਰਾਇਮਰੀ ਦਾ, ਉਹਨਾਂ ਨੇ ਗਾਈਡ ਕੀਤਾ
ਉਹਨਾਂ ਨੇ ਜਿੱਥੇ ਵੀ ਜਿੰਨਾ ਵੀ ਹੋ ਸਕਿਆ ਦੇਖੋ, ਉਹਨੇ ਉਹਨਾਂ ਦੀ ਹੈਲਪ ਕੀਤੀ, ਗਾਈਡ ਕੀਤਾ। ਅਤੇ ਉਸ ਵੇਲੇ ਦੇ ਦੇਖੋ ਜੇ ਵੀ ਡੀ ਟੀਚਰ ਲੱਗੇ, ਉਹਨਾਂ ਨੇ ਮੁੰਡ ਬੰਨਿਆ ਇੱਕ ਤਰ੍ਹਾਂ ਦਾ, ਜੜ ਲਾਈ, ਜੜ ਲਾਈ ਉਸ ਵੇਲੇ ਜਿੱਥੇ ਵੀ, ਚਾਹੇ ਕਲਾਸ ਫੋਰ ਉਹਨਾਂ ਨੂੰ ਮਿਲਿਆ, ਚਾਹੇ ਟੀਚਰ ਜਿਹੜੇ ਸੀਗੇ ਉਹਨਾਂ ਨੂੰ ਕੋਰਸ 'ਤੇ ਭੇਜਿਆ ਵੀ ਹਾਂ ਵੀ ਇੱਥੇ ਕੋਰਸ ਹੁੰਦਾ, ਗਾਈਡ ਕੀਤੀ, ਉਸ ਗਾਈਡਲਾਈਨ ਜ਼ਰੂਰੀ ਸੀਗੀ। ਅਤੇ ਉਹ ਮੁੰਡ ਬੰਨਿਆ, ਹੁਣ ਉਹਨਾਂ ਦੇ ਟੀਚਰ ਲੱਗ ਗਏ, ਉਹਨਾਂ ਦੇ ਬੱਚੇ ਗਾਹਾਂ ਪੜ੍ਹ ਗਏ, ਇੱਕ ਇਨਕਮ ਦੇ ਸੋਰਸਿਸ ਵਧੇ, ਹਾਂਜੀ, ਰਹਿਣਾ ਸਹਿਣਾ ਵਧੀਆ ਬਣਿਆ। ਅਤੇ ਉਹ ਟੀਚਰ ਮਤਲਬ ਲੱਗੇ, ਉਹਨਾਂ ਦੇ ਗਾਹਾਂ ਬੱਚੇ ਹੀ ਪੜ੍ਹ ਗਏ, ਠੀਕ ਹੈ। ਦੂਜਾ ਉਹਨਾਂ ਦਾ ਸਗਾ ਭਰਾ ਸੀਗਾ, ਉਹ ਆਪਣੇ ਤਾਰਾ ਸਿੰਘ, ਉਹ ਵੀ ਬਾਲ ਪਰਿਵਾਰ 'ਚੋਂ, ਅੱਛਾ ਜੀ, ਉਹ ਸੀਗੇ ਪਸ਼ੂ ਪਾਲਣ ਵਿਭਾਗ 'ਚ, ਉਹ ਕਿਹੜੀ ਵੀ ਪੋਸਟ 'ਤੇ ਸੀਗੇ, ਉਹਨੇ ਆਪਣੀ ਪੋਸਟ 'ਤੇ ਰਹਿੰਦਿਆਂ ਮਤਲਬ ਉਹਨਾਂ ਨੇ ਵੀ ਗਾਈਡ ਕੀਤਾ ਵੀ ਆਪਣੇ ਪਿੰਡ ਬਾਰੇ, ਉਹਨੀ ਪਸ਼ੂ ਪਾਲਣ ਵਿਭਾਗ ਵਿੱਚ ਵੀ ਆਪਣੇ ਹਰੇਕ ਬੰਦੇ ਹਰੇਕ ਨੇ ਗਾਈਡ ਕੀਤੀ, ਹਾਂ, ਉਹਨਾਂ ਦੋਹਾਂ ਭਰਾਵਾਂ ਨੇ ਬੰਦੇ ਜਿਹੜੇ ਹੈਲਪ ਕਰਕੇ ਰਖਾਏ ਵੀ, ਰੱਖ ਲਓ ਜਿੱਦਾਂ ਵੀ ਹੈਗਾ ਉਹਨਾਂ ਨੇ, ਅਤੇ ਉਹਨਾਂ ਨੂੰ ਰੁਜ਼ਗਾਰ 'ਤੇ ਬਲ ਲਾਇਆ ਉਸ ਵੇਲੇ। ਪਰ ਉਹ ਦੋ ਮਹਾਨ ਸਿੱਖ ਸੀ ਸਾਡੇ ਹੈਗੇ, ਹੁਣ ਉਸ ਦੁਨੀਆਂ 'ਤੇ ਨਹੀਂ ਰਹੇ, ਵਧੀਆ ਕਾਰਜ ਕੀਤੇ ਉਹਦਾ, ਬਹੁਤ ਵਧੀਆ, ਹਮੇਸ਼ਾ ਯਾਦ ਰੱਖਦਾ ਬੰਦਾ। ਹਾਂਜੀ, ਹੁਣ ਇਸ ਖੇਤਰ 'ਚ ਇਸ ਕਰਕੇ ਟੀਚਰ ਪ੍ਰਾਇਮਰੀ ਟੀਚਰ ਬਣੇ, ਗਾਹਾਂ ਗਾਹਾਂ ਉਹਨੇ ਮੁੰਡੇ ਪੜ੍ਹ ਲਿਖ ਕੇ ਟੀਚਰ ਹੋਰ ਜੀ 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 ਪੜ੍ਹ ਕੇ ਪੜ੍ਹ ਗਏ, ਹਾਂਜੀ, ਕਾਲਜਾਂ 'ਚ ਚੱਲ ਗਏ, ਉਹ ਹੋਰ ਉਹ ਚੌਦੇ 'ਤੇ ਲੱਗ ਗਏ, ਹਾਂਜੀ, ਹਾਂਜੀ। ਅਤੇ ਹੁਣ ਲੈ ਲਓ ਪੁਲਿਸ ਵਿਭਾਗ 'ਚ, ਪੁਲਿਸ ਵਿਭਾਗ 'ਚ ਦੇਖੋ ਟਿੱਕਾ ਥਾਣੇਦਾਰ ਜੀ ਹੋਏ ਹੈ, ਅੱਛਾ ਜੀ, ਮਹਿੰਦਰ ਸਿੰਘ ਥਾਣੇਦਾਰ ਹੋਏ ਹੈ, ਜਰਨੈਲ ਸਿੰਘ ਬਤੌਰ ਥਾਣੇਦਾਰ, ਅੱਛਾ ਜੀ, ਦੇਸ ਰਾਜ ਥਾਣੇ, ਇਹ ਪੁਲਿਸ ਡਿਪਾਰਟਮੈਂਟ ਤੋਂ ਰਿਟਾਇਰ, ਦੇਸ ਰਾਜ ਤਾਂ ਹੁਣ ਜੇ ਸੀ ਮਿਲਦਾ ਤਾਂ ਨਾ ਪਿੱਛੇ, ਹਾਂ, ਦੇਸ ਰਾਜ ਜੀ ਸੀਗੇ, ਉਹ ਥੋੜ੍ਹਾ ਚਿਰ ਹੋਏ ਰਿਟਾਇਰ ਹੋਏ, ਉਹ ਪੁਲਿਸ ਡਿਪਾਰਟਮੈਂਟ ਤੋਂ ਰਿਟਾਇਰ ਹੋਏ। ਸੋ ਇੱਧਰ ਕੋਈ ਮਹਿਕਮਾ ਨਹੀਂ ਰਿਹਾ ਜਿਹੜਾ ਨਹੀਂ ਛੱਡਿਆ, ਜਿਹੜੀ ਮੰਨ ਲਓ ਸਰਵਿਸ ਨਹੀਂ ਮਿਲੀ, ਰੈਵਨਿਊ ਡਿਪਾਰਟਮੈਂਟ 'ਚ ਵੀ ਸੀਗੇ, ਠੀਕ ਹੈ ਨਾ, ਵੱਖ ਵੱਖ ਅਹੁਦਿਆਂ ਕੰਮ ਕੀਤੇ। ਸੋ ਇੱਦਾਂ ਕਾਫੀ ਇਸ ਤਰੱਕੀ ਸਾਡੇ ਪਿੰਡ ਦੀ ਜਿਹੜੀ ਹੈ ਹੋਈ ਹੈ, ਉਹਨਾਂ ਨੇ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ। ਫਿਰ ਦੂਜੇ ਖੇਤਰ ਲੈ ਲਓ, ਦੇਸ਼ ਦੀ ਸੇਵਾ ਵਾਲੇ, ਹਾਂਜੀ, ਉਸ ਵੇਲੇ ਸਮੇਂ ਸੀਗੇ ਸਰਵਿਸ, ਜਿਹੜੇ ਪੜ੍ਹੇ ਜਿੰਨਾ ਕੁ ਵੀ ਪੜ੍ਹੇ ਹੋ ਜਾਂ ਹੋਰ ਵੀ ਹੈ, ਫੌਜ 'ਚ ਭਰਤੀ ਬਹੁਤ ਹੋਏ, ਫੌਜੀ ਬਹੁਤ ਸਾਡੇ ਪਿੰਡ, ਉਹ ਹੁਣ ਬਤੌਰ ਕੋਈ ਸੂਬੇਦਾਰ ਤੋਂ ਰੈਂਕ ਤੋਂ ਰਿਟਾਇਰ ਹੋਇਆ, ਹਾਂਜੀ, ਕੋਈ ਕੈਪਟਨ ਰੈਂਕ ਤੋਂ ਰਿਟਾਇਰ ਹੋਇਆ, ਹੈ ਸਰਦਾਰ ਕੇ ਗੁਰਬਖਸ਼ ਸਿੰਘ ਜਿਹੜੇ ਹੁਣ ਨਹੀਂ ਰਹੇ, ਉਹ ਬਤੌਰ ਕੈਪਟਨ ਰਿਟਾਇਰ ਹੋਏ, ਹਾਂਜੀ, ਉਹਨਾਂ ਦਾ ਭਰਾ ਸੀਗਾ ਰੇਲਵੇ 'ਚ ਸੀਗਾ, ਉੱਥੋਂ ਰਿਟਾਇਰ ਹੋਇਆ, ਉਹਨਾਂ ਦਾ ਇੱਕ ਬ੍ਰਦਰ ਸੀਗਾ ਏ ਜੀ ਡਿਪਾਰਟਮੈਂਟ ਸੀਗਾ, ਓਕੇ, ਹਾਂਜੀ, ਇੱਕ ਸਾਡੇ ਪਿੰਡ ਸਾਡੀ ਲੜਕੀ ਹੈ, ਉਹ ਚੰਗੀ ਪੜ੍ਹ ਲਿਖ ਕੇ ਸੈਕਟਰੀਏਟ 'ਚ ਬਹੁਤ ਚੰਗੇ ਅਹੁਦੇ 'ਤੇ ਹੋ ਰਹੀ ਹੈ ਜੀ, ਹਾਂਜੀ, ਅਤੇ ਇੱਦਾਂ ਕਾਫੀ ਅਹੁਦੇ ਜਿਹੜੇ ਰਹੇ ਹਰ ਖੇਤਰ। ਸਰ, ਜਿੱਦਾਂ ਆਪ ਜੀ ਨੇ ਪਹਿਲਾਂ ਵੀ ਐਕਸਪਲੇਨ ਕੀਤਾ, ਜਰਨੈਲ ਸਿੰਘ ਜੀ ਜਿਹੜੇ ਆਪਣੇ ਫੁੱਟਬਾਲ ਵਗੈਰਾ ਦੇ ਸੀਗੇ, ਜਿੱਦਾਂ ਖੇਡਦੇ ਸੀਗੇ ਫੁੱਟਬਾਲ ਵਗੈਰਾ, ਸੋ ਉਹਨਾਂ ਦੇ ਨਾਲ ਹੋਰ ਵੀ ਕੋਈ ਪਲੇਅਰ ਸੀਗੇ ਕਿ ਜਿੱਦਾਂ ਇਕੱਲੇ ਉਹ ਸੀਗੇ? ਜਦੋਂ ਨਹੀਂ, ਉਹ ਤਾਂ ਫਿਰ ਪਨਾਮ ਦੀ ਟੀਮ ਦੇ ਸੀਗੇ ਨਾ? ਅੱਛਾ, ਪਨਾਮ ਦੀ ਟੀਮ ਦੇ ਸੀਗੇ, ਉਹ ਪਨਾਮ ਪਿੰਡ ਦਾ ਉਹਨਾਂ ਦਾ ਪਨਾਮ ਸੀਗਾ, ਉਹ ਆਪਣੀ ਟੀਮ ਵੱਲੋਂ ਖੇਡਦੇ ਸੀਗੇ ਨਾ, ਉਹ ਆਏ ਆ, ਸਾਡੀ ਵੱਖਰੀ ਟੀਮ ਹੁੰਦੀ ਸੀ, ਸਾਡੀ ਵੱਖਰੀ ਸੀ, ਸਾਡੀ ਵੀ ਉਸ ਵੇਲੇ ਵੱਖਰੀ ਟੀਮ ਹੁੰਦੀ, ਉਸ ਵੇਲੇ ਪਲੇਅਰ ਰਹੇ ਆ, ਕਾਫੀ ਤਕੜੇ ਪਲੇਅਰ ਰਹੇ ਆ, ਉਹ ਵਾਲੇ ਪਿੰਡਾਂ 'ਚ ਖੇਡਣ ਵੱਖ ਵੱਖ ਜਿੱਥੇ ਟੂਰਨਾਮੈਂਟ ਹੁੰਦੇ ਸੀਗੇ, ਟੂਰਨਾਮੈਂਟ ਜਿੱਤਦੇ ਸੀਗੇ, ਜਦੋਂ ਟੂਰਨਾਮੈਂਟ ਜਿੱਤ ਹੁੰਦਾ ਤਾਂ ਆਟੋਮੈਟਿਕ ਪਿੰਡ ਦਾ ਨਾਮ ਮਸ਼ਹੂਰ ਰੋਸ਼ਨ ਹੁੰਦਾ, ਤਕੜੇ ਪਲੇਅਰ ਰਹੇ ਆ, ਮਾਸਟਰ ਦਸਿੰਦਰ ਜੀ ਬਹੁਤ ਤਕੜੇ ਪਲੇਅਰ ਰਹੇ ਆ, ਨਵਤੇਜ ਜੀ ਮਤਲਬ ਤਕੜੇ ਪਲੇਅਰ ਰਹੇ ਆ, ਮਾਸਟਰ ਸੁਲੱਖਣ ਜੀ ਬਹੁਤ ਤਕੜੇ ਪਲੇਅਰ ਰਹੇ ਆ, ਬਤੌਰ ਉਹ ਪਲੇਅਰ ਵੀ ਰਹੇ, ਬਤੌਰ ਉਹਨੇ ਸਰਵਿਸ ਟੀਚਰ ਲਾਈਨ 'ਚ ਸਰਵਿਸ ਕੀਤੀਆਂ, ਪੜ੍ਹੇ ਵੀ ਅਤੇ ਆਪਣੇ ਸਰਵਿਸ ਵੀ ਕੀਤੀ ਅਤੇ ਪਲੇਅਰ ਵੀ ਤੰਗੇ ਬਣੇ ਆ। ਸੁਰਿੰਦਰ ਸਿੰਘ ਔਰ ਪੰਗੂ ਬਹੁਤ ਤਕੜਾ ਪਲੇਅਰ ਰਿਹਾ, ਉਹ ਬਤੌਰ ਪਸ਼ੂ ਪਾਲਣ ਵਿਭਾਗ ਤੋਂ ਮਤਲਬ ਔਨ ਡਿਊਟੀ ਉਹਨਾਂ ਦੀ ਡੈਥ ਹੋ ਗਈ, ਪਲੇਅਰ ਆ, ਹੀਰਾ ਆ,
ਉਹ ਪਲੇਅਰ ਹੈ ਦਿਲਾਵਰ ਸਿੰਘ ਉਰਫ ਗੋਲਾ, ਬਹੁਤ ਤਕੜੇ ਟੀਮ ਸੈੱਟ ਸੀਗੀ ਫੌਜ ਵਿੱਚ, ਇੱਕ ਸੀਗਾ ਸਰਦਾਰ ਅਜੀਤ ਸਿੰਘ, ਉਹ ਬਹੁਤ ਤਕੜੇ ਪਲੇਅਰ ਸੀਗੇ ਉਸ ਵੇਲੇ, ਫੁੱਟਬਾਲ ਦੇ ਫੁੱਲ ਬੈਕ ਖੇਡਦੇ ਸੀਗੇ। ਇੱਦਾਂ ਕਾਫੀ ਟੀਮ ਜਿਹੜੀ ਸੀਗੀ ਉਸ ਵੇਲੇ ਸਟਰੋਂਗ ਸੀ, ਜਿੱਤ ਕੇ ਆਉਂਦੀ ਸੀਗੀ ਇੱਧਰ, ਨਾਮ ਨਾਲ ਮੈਚ ਹੋ ਜਾਣਾ, ਧਮਾਈ ਨਾ ਹੋ ਜਾਣਾ, ਚੱਕ ਫੁੱਲਰ ਹੋ ਜਾਣਾ, ਤਕੜੀ ਉਹਨਾਂ ਟੀਮਾਂ, ਉਹ ਵੀ ਟੀਮਾਂ ਤਕੜੀਆਂ ਦੀਆਂ। ਉਹ ਜਦੋਂ ਟੀਮ ਪੱਖੋਂ ਵੀ ਜਿਹੜਾ ਸਾਡਾ ਸੀਗਾ ਨੌ, ਉਹ ਪਹਿਲੇ ਨੰਬਰ 'ਤੇ ਆਉਂਦਾ ਸੀ, ਵੀ ਹਾਂ ਵੀ ਵਿਛੋੜੀ ਦੀ ਟੀਮ ਹੈਗੀ, ਇਹ ਕਲੀਅਰ ਹੋਏ। ਸੋ ਇੱਕ ਹੋਰ ਸੀਗਾ ਜਿੱਦਾਂ ਆਪਣੇ, ਇੱਕ ਚੀਜ਼ ਦਾ ਹੋਰ ਵਾਧਾ ਕਰੋ ਕਿ ਜਿੱਦਾਂ ਆਪਣੇ ਪਿੰਡ, ਜਿੱਦਾਂ ਆਪ ਜੀ ਨੇ ਦੱਸਿਆ ਕਿ ਆਪਦੇ ਉੱਥੇ ਜਿੱਦਾਂ ਜਿਹੜਾ ਇਲਾਕਾ ਸੀਗਾ ਜ਼ਿਆਦਾ ਮਸ਼ਹੂਰ ਫੁੱਟਬਾਲ ਦਾ ਹੋਇਆ, ਜਿੱਦਾਂ ਸਰਦਾਰ ਜਰਨੈਲ ਸਿੰਘ ਜੀ ਜਿਹੜੇ ਉਹਨਾਂ ਨੂੰ ਲੋਕ ਦੇਖਣ ਆਉਂਦੇ ਸੀਗੇ। ਸੋ ਹੁਣ ਉਹਨਾਂ ਦਾ ਗਾਹਾਂ ਜਿਹੜੀ ਹੁਣ ਗਾਹਾਂ ਨੈਕਸਟ ਜਨਰੇਸ਼ਨ ਚੱਲਦੀ ਪਈ ਹੈ ਜਿੱਦਾਂ ਆਪਣੇ ਉੱਥੇ, ਅਤੇ ਉਹਨਾਂ ਲਈ ਕੀ ਖਾਸ ਪ੍ਰਬੰਧ ਕੀਤੇ ਹੋਏ ਆ ਜਿੱਦਾਂ ਉੱਥੇ ਸਪੋਰਟਸ ਫੁੱਟਬਾਲ ਨੂੰ ਲੈ ਕੇ ਆਪਣੇ ਸਾਡੇ ਪਿੰਡ? ਹਾਂਜੀ ਦੇਖੋ, ਸਾਡੇ ਪਿੰਡ ਤਾਂ ਗਰਾਊਂਡ ਹੈਗੀ ਹੈ ਜੀ, ਹੁਣ ਵੀ ਖੇਡਦੇ ਹੈਗੇ ਆ ਮੁੰਡੇ, ਮਤਲਬ ਕਲੱਬ ਹੈਗਾ ਹਜੇ? ਹਾਂ ਕਲੱਬ ਹੈਗਾ, ਅਤੇ ਕਲੱਬ ਬਣਿਆ ਹੋਇਆ, ਅਤੇ ਮੁੰਡੇ ਪ੍ਰੈਕਟਿਸ ਕਰਦੇ ਹੈਗੇ ਆ, ਟੂਰਨਾਮੈਂਟ ਵੀ ਹੁੰਦਾ, ਟੂਰਨਾਮੈਂਟ ਖੇਡਦੇ ਹੈਗੇ ਆ। ਠੀਕ ਹੈ, ਕਿਸੇ ਵਕਤ ਸਾਡੇ ਪਿੰਡ ਦੀ ਟੀਮ ਬਹੁਤ ਮਸ਼ਹੂਰ ਹੁੰਦੀ ਸੀਗੀ ਜਿਹਦੇ 'ਚ ਪਲੇਅਰ ਰਹੇ ਆ। ਹਾਂਜੀ, ਅਤੇ ਸਿੰਬਲੀ ਦੀ ਟੀਮ, ਚੱਕ ਫੁੱਲੂ, ਪਨਾਮ, ਚੱਕ ਸਿੰਘਾ, ਹਾਂਜੀ ਹਾਂਜੀ, ਵਿਛੋੜੀ, ਗੁੱਲਪੁਰ, ਇਹ ਟੀਮਾਂ ਮਸ਼ਹੂਰ ਹੁੰਦੀਆਂ ਉਸ ਵੇਲੇ। ਹਾਂਜੀ, ਉਹਨਾਂ ਟੀਮਾਂ 'ਚੋਂ ਸਾਡਾ ਫੁੱਟਬਾਲ ਦੀ ਟੀਮ ਵੀ ਜਿਹੜੀ ਸੀਗੀ ਮਸ਼ਹੂਰ ਰਹੀ ਆ। ਹਾਂਜੀ, ਬਹੁਤ ਤਕੜੇ ਪਲੇਅਰ ਫੁੱਟਬਾਲ ਦੇ, ਨਾਮੀ ਪਲੇਅਰ ਹੋਏ ਆ। ਠੀਕ ਹੈ ਜੀ, ਹਾਂਜੀ। ਸੋ ਇਹ ਜਿੱਦਾਂ ਹੁਣ ਆਪ ਜੀ ਨੇ ਤਾਂ ਕਾਫੀ ਮਤਲਬ ਸਾਰੀ ਉਮਰ ਹੀ ਹੰਢਾਈ ਹੋਈ ਹੈ ਜਿੱਥੇ, ਆਪਣੀ ਜੋਬ ਵੀ ਉੱਥੇ ਕੀਤੀ ਆ। ਸੋ ਪਹਿਲੇ ਸਮੇਂ ਦੇ ਵਿੱਚ ਅਤੇ ਹੁਣ ਦੇ ਸਮੇਂ ਦੇ ਵਿੱਚ ਕੀ ਡਿਫਰੈਂਸ ਹੈ? ਤੁਸੀਂ ਲਾਈਕ ਐਗਜ਼ਾਮਪਲ, ਜਿੱਦਾਂ ਹੁਣ ਪਹਿਲਾਂ ਲੋਕ ਘੱਟ ਬਾਹਰ ਜਾਂਦੇ ਹੁੰਦੇ ਸੀ ਨਾ, ਹੁਣ ਲੋਕ ਜ਼ਿਆਦਾ ਜਿੱਦਾਂ ਸੋਚਦੇ ਕਿ ਬਾਹਰ ਜਾਈਏ। ਸੋ ਤੁਹਾਡੇ ਆਪਣੇ ਉਹ ਪਿੰਡ ਦੇ ਵਿੱਚੋਂ, ਵਿਛੋੜੀ ਦੇ ਵਿੱਚੋਂ ਕਿੰਨੇ ਕੁ ਬੰਦੇ ਆ ਜਿਹੜੇ ਕਿ ਫੋਰਨ ਦੇ ਵਿੱਚ ਗਏ ਹੋਏ ਆ ਅਤੇ ਕਦ ਤੋਂ ਜਾਣ ਲੱਗੇ ਆ? ਸੋ ਇਸ ਬਾਰੇ ਕੁਝ ਦੱਸੋ। ਦੇਖੋ ਜੀ, ਹੁਣ ਜਦੋਂ ਪਹਿਲਾਂ ਸੀਗੇ ਜਾਂਦੇ ਉਦੋਂ ਕਾਨੂੰਨ ਹੋਰ ਸੀਗਾ ਜੀ, ਸ਼ੁਰੂ ਵਿੱਚ ਜਦੋਂ ਕੋਈ ਲੋਕ ਕੋਈ ਦੁਬਈ ਨੂੰ ਜਾਂਦਾ ਸੀ, ਕੋਈ ਮਾਸਕਟ ਨੂੰ ਜਾਂਦਾ, ਕੋਈ ਸਾਊਦੀ ਅਰਬ ਜਾਂਦਾ ਸੀਗਾ, ਹਾਂਜੀ, ਇੱਥੋਂ ਲੱਗੇ ਸ਼ੁਰੂ ਹੋਣ, ਕੁਛ ਪਰਿਵਾਰ ਜਿਹੜੇ ਸੀਗੇ ਜਨਰਲ ਵਰਗ ਦੇ ਉਹ ਇੰਗਲੈਂਡ ਗਏ, ਹਾਂਜੀ, ਕੁਛ ਸੁਣਿਆ ਅਤੇ ਫੀਜੀ ਵੀ ਗਏ ਆ, ਫੀਜੀ ਤੋਂ ਬਾਅਦ ਅਲੱਗ ਅਲੱਗ ਦੇਸ਼ਾਂ ਵਿੱਚ ਚਲੇ ਗਏ ਜੀ ਜੀ, ਕੁਛ ਪਰਿਵਾਰ, ਹਾਂਜੀ, ਅਤੇ ਹੁਣ ਜਿਹੜਾ ਹੈਗਾ ਜਿੱਦਾਂ ਬੱਚਿਆਂ ਨੇ ਆਲਸ ਕੀਤੀ ਹੈਗੀ ਆ, ਜਾਂ ਕਿਸੇ ਨੇ ਬੱਚਿਆਂ ਮਤਲਬ ਵਿਆਹ ਕਰਕੇ ਬੱਚਿਆਂ ਬਾਹਰ ਜਾਂਦੇ ਹੈਗੇ ਆ, ਹੁਣ ਤਾਂ ਘਰ ਪਰਤੀ ਹੈ, ਕਨੇਡਾ, ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਹਾਂਜੀ, ਆਮ ਗਿਓ ਹੈ ਚੱਲਦੇ, ਹਾਂਜੀ, ਬਹੁਤ ਸਾਰੇ ਬੱਚੇ ਚਲੇ ਗਏ ਆਪਣੇ ਵਿਦੇਸ਼ਾਂ ਵਿੱਚ, ਹਾਂਜੀ, ਕੁਛ ਜਾਣ ਦੀ ਤਿਆਰੀ 'ਚ ਹੈ, ਕੁਛ ਜਾਣ ਦੀ ਤਿਆਰੀ, ਹਾਂਜੀ, ਉਹਦੇ ਨਾਲ ਇਹ ਫਰਕ ਪਿਆ ਵੀ ਉਹ ਨੌਜਵਾਨ ਪੀੜ੍ਹੀ ਬਾਹਰ ਜਾਣ ਕਰਕੇ ਜਿਹੜੀ ਗੇਮਾਂ 'ਤੇ ਬੜਾ ਅਸਰ ਪਿਆ, ਹੁਣ ਪੂਰੀ ਟੀਮੇ ਨਹੀਂ ਹੁੰਦੀ, ਟੀਮ ਨਹੀਂ ਹੁੰਦੀ ਪੂਰੇ, ਨਾ ਤਾਂ ਹੁਣ ਕੋਈ ਪ੍ਰੈਕਟਿਸ ਕਰਨ ਆਉਂਦਾ, ਹਾਂਜੀ, ਗਰਾਊਂਡ ਹੈਗੇ ਆ, ਦੋ ਗਰਾਊਂਡ ਹੈਗੇ ਆ, ਪ੍ਰੈਕਟਿਸ ਕਰਦੇ ਆ, ਹੁਣ ਉਹ ਟੀਮ ਹੈ ਨਹੀਂ, ਮਤਲਬ ਉਹ ਥੋੜ੍ਹਾ ਮੁਸ਼ਕਿਲ ਹੁੰਦਾ ਜੇ ਪਹਿਲੇ ਸਮੇਂ, ਟੀਮ ਵਿੱਚ ਵੀ ਆ ਕਾਨੂੰਨ ਬਣਾਉਣਾ ਪੈ ਗਿਆ, ਕਾਨੂੰਨ ਵੀ ਜੇ ਤੁਹਾਡੇ ਪਲੇਅਰ ਪੂਰੇ ਨੇ, ਤੁਸੀਂ ਚਾਰ ਪਲੇਅਰ ਜਿਹੜੇ ਬਾਹਰਲੇ ਪਾ ਸਕਦੇ। ਅੱਛਾ ਜੀ, ਹੁਣ ਇਹ ਚੱਲ ਪਿਆ, ਹੁਣ ਪਹਿਲਾਂ ਨਹੀਂ ਹੁੰਦਾ ਸੀ, ਪਹਿਲਾਂ ਨਹੀਂ ਸੀ ਹੁੰਦਾ, ਪਹਿਲਾਂ ਤਾਂ ਸਾਡੇ ਪਿੰਡ 'ਚੋਂ ਤਿੰਨ ਟੀਮਾਂ ਬਣ ਜਾਂਦੀਆਂ ਨੇ ਫੁੱਟਬਾਲ ਦੀਆਂ, ਮਤਲਬ ਇੱਕ ਤਰ੍ਹਾਂ ਦਾ ਇਹ ਘਾਟਾ ਹੀ ਪਿਆ ਜਿੱਦਾਂ ਜਿਹੜੇ ਆਪਣੀ ਜਨਰੇਸ਼ਨ ਬਾਹਰ ਜਾਂਦੀ ਪਈ। ਰੁਜ਼ਗਾਰ ਸੰਬੰਧੀ ਤਾਂ ਜਾਣਾ ਹੀ ਪੈਣਾ, ਹਾਂਜੀ, ਹੁਣ ਰੁਜ਼ਗਾਰ ਵੀ ਜ਼ਰੂਰੀ ਹੈ, ਇੱਕ ਪਲੇਅਰ ਹੈ, ਹੁਣ ਜਿੱਦਾਂ ਗੌਰਮੈਂਟ ਇੱਕ ਪਲੇਅਰ ਨੂੰ ਚੰਗਾ ਖੇਡਦਾ, ਉਹਨੂੰ ਸਰਵਿਸ ਆਉਂਦੇ ਨੂੰ ਸਰਵਿਸ ਦਿੰਦੀ ਹੈ, ਚੰਗਾ ਰੈਂਕ ਦਿੰਦੀ ਹੈਗੀ ਹੈ, ਹਾਂਜੀ, ਉਹਦੇ ਭਵਿੱਖ ਲਈ, ਭਵਿੱਖ ਲਈ ਆ, ਹੁਣ ਇਹ ਜੇ ਪਲੇਅਰ ਰਹੇ ਆ ਤਾਂ ਮਤਲਬ ਉਹਨਾਂ ਨੂੰ ਆਪਣੇ ਰੁਜ਼ਗਾਰ ਲਈ, ਜੇ ਇੱਥੇ ਨਹੀਂ ਸਰਵਿਸ ਮਿਲੀ ਤਾਂ ਬਾਹਰ ਚੱਲ ਗਏ, ਹਾਂਜੀ, ਹੁਣ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਕਿਉਂ ਗਏ ਬਈ,
ਉਹਦੇ ਵਿੱਚ ਇਹੀ ਆ ਕਿ ਜਿਹੜੀ ਉੱਥੇ ਦੀ ਮੌਜੂਦਾ ਸਰਕਾਰਾਂ ਆ ਉਹਨਾਂ ਨੂੰ ਥੋੜ੍ਹਾ ਸੋਚਣਾ ਚਾਹੀਦਾ ਮੇਰੇ ਹਿਸਾਬ ਨਾਲ ਕਿ ਉਹਦੇ ਬਾਰੇ ਉਹਨਾਂ ਨੂੰ ਸਰਵਿਸ ਮਿਲਣੀ ਚਾਹੀਦੀ, ਸਰਵਿਸ ਮਿਲੀ ਐਟਲੀਸਟ ਕੋਈ ਫੰਡਿੰਗ ਮਿਲਣੀ ਚਾਹੀਦੀ ਉਹਨਾਂ ਦੇ ਮੁਤਾਬਕ, ਜਿੱਦਾਂ ਕੰਮ ਮਿਲਣੇ ਚਾਹੀਦੇ ਆ। ਹਾਂਜੀ ਠੀਕ ਆ ਨਾ ਜੀ। ਹੁਣ ਦੇਖੋ ਚਾਰ ਬੰਦੇ, ਹੁਣ ਹਰ ਇੱਕ ਪਿੰਡ ਲਈ ਚਾਰ ਬਾਹਰਲੇ ਪਲੇਅਰ ਪਾਉਣੇ ਪੈਂਦੇ ਆ, ਪੂਰੇ ਨਹੀਂ ਹੁੰਦੇ ਪਲੇਅਰ। ਇੱਕ ਮਤਲਬ ਇੱਕ ਪਿੰਡ ਦੇ ਵਿੱਚੋਂ ਵੀ ਟੀਮ, ਇੱਕ ਟੀਮ ਵੀ ਪੂਰੀ ਤਿਆਰ ਨਹੀਂ, ਪ੍ਰੈਕਟਿਸ ਕਰਨ ਲਈ ਵੀ ਪੂਰੇ ਬੰਦੇ ਨਹੀਂ ਆ ਰਹੇ ਗਰਾਊਂਡ 'ਚ। ਹਾਂਜੀ, ਜਦੋਂ ਕਿ ਹੁਣ ਸੀਜ਼ਨ ਜਦੋਂ ਅਕਤੂਬਰ 'ਚ ਸ਼ੁਰੂ ਹੋ ਜਾਂਦਾ ਸਕੂਲਾਂ 'ਚ, ਚਲੋ ਸਤੰਬਰ 'ਚ ਮੁੱਕ ਜਾਂਦੀਆਂ ਟੀਮਾਂ, ਅਤੇ ਹੁਣ ਅਕਤੂਬਰ ਸ਼ੁਰੂ ਹੋ ਜਾਂਦਾ ਨਹੀਂ ਆਉਂਦੇ ਜੀ, ਅਖੀਰ 'ਚ ਆਉਂਦੇ ਜਦੋਂ ਕੋਈ ਟੂਰਨਾਮੈਂਟ ਸ਼ੁਰੂ ਹੋ ਜਾਂਦਾ ਉਦੋਂ ਟੀਮ ਬਣਦੀ ਹੈ। ਸੇਮ ਮਤਲਬ ਪ੍ਰੈਕਟਿਸ ਘੱਟ, ਪ੍ਰੈਕਟਿਸ ਘੱਟ ਗਈ ਆ, ਮਤਲਬ ਕਿ ਉਹੀ ਆ ਕਿ ਖੇਡਣ ਵਾਲੇ ਵੀ ਰਹੇ ਨਹੀਂ ਹੈ। ਹਾਂਜੀ, ਕੋਈ ਚੀਜ਼ ਦਾ ਹਰੇਕ ਪਾਸ ਦੋ ਪਾਸੇ ਹੁੰਦੇ ਆ, ਹਰੇਕ ਕੋਈ ਚੀਜ਼ ਦਾ ਨੈਗੇਟਿਵ ਵੀ ਹੁੰਦਾ, ਉਸਦਾ ਪੋਜ਼ਿਟਿਵ ਵੀ ਹੁੰਦਾ, ਉਸੇ ਤਰ੍ਹਾਂ ਹੀ ਆ ਜਿਹੜੀ ਨਵੀਂ ਚਾਰ ਪਲੇਅਰ ਜਿਹੜੇ ਪਾਉਂਦੇ ਹੈਗੇ ਆ। ਹਾਂਜੀ, ਉਹ ਵੀ ਸਿਸਟਮ ਗਲਤ ਹੈ। ਹੁਣ ਪ੍ਰੈਕਟਿਸ ਤਾਂ ਕੋਈ ਹੋਰ ਕਰਦਾ ਰਹਿ ਜਾਂਦਾ, ਬੱਚੇ ਹੋਰ ਕਰਦੇ ਆ, ਜਦੋਂ ਗਰਾਊਂਡ 'ਚ ਪ੍ਰੈਕਟਿਸ ਕਰਦੇ ਉਹ ਹੋਰ ਕਰਦੇ ਆ। ਜਦੋਂ ਹੁਣ ਟੀਮ ਕਿਸੇ ਨਾਲ ਖੇਡਦੀ ਹੈ ਜਦੋਂ ਜਾ ਕੇ, ਉਹ ਜਿਹੜੇ ਉਹ ਖੇਡਦੇ ਹੁੰਦੇ ਉਹਨਾਂ ਨੂੰ ਕੱਢ ਦਿੰਦੇ ਆ, ਚਾਰ ਜਿਹੜੇ ਫਿਰ ਬਾਹਰਲੇ ਪਾ ਲੈਂਦੇ ਆ, ਉਹਨਾਂ ਨੂੰ ਨੁਕਸਾਨ ਹੋ ਜਾਂਦਾ, ਉਹ ਨੁਕਸਾਨ ਉਹਨਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਪੈਂਦਾ। ਨਹੀਂ, ਉਹਨਾਂ ਨੂੰ ਕੱਢ ਦਿੰਦੇ ਵੀ ਤੁਸੀਂ ਚਾਰ ਰਹਿ ਲਓ। ਅੱਛਾ ਜੀ, ਜਿਹੜੇ ਚਾਰ ਅਸੀਂ ਬਾਹਰਲੇ ਨਵੇਂ ਹੋਰ ਪਾ ਲੈਂਦੇ, ਤਕੜੇ ਪਾ ਲੈਂਦੇ ਜਾਂ ਕਿੱਦਾਂ, ਉਹ ਪ੍ਰੈਕਟਿਸ ਕਰਦੇ ਆ। ਜਦੋਂ ਦੇਖੋ ਕਿਸੇ ਨਾਲ ਖੇਡੂਗੇ ਭਾਵੇਂ ਟੀਮ ਹਾਰ ਜਾਵੇ, ਤਦੇ ਉਹ ਅੱਗੇ ਤਕੜਾ ਪਲੇਅਰ ਬਣੂਗਾ, ਤਾਂ ਹੀ ਐਕਸਪੀਰੀਅੰਸ ਆਊਗਾ, ਅਤੇ ਨਾਲੇ ਉਹਨਾਂ ਦਾ ਮਨ ਟੁੱਟ ਜਾਂਦਾ ਅਤੇ ਯਾਰ ਮੈਂ ਕਾਹਨੂੰ ਖੇਡਣਾ, ਜਾਂ ਮੇਰਾ ਨੰਬਰ ਤਾਂ ਲੱਗਣਾ ਨਹੀਂ ਟੀਮ 'ਚ, ਮੇਰੀ ਜਗ੍ਹਾ ਪਾਣੇ ਜਾਂ ਬੰਦਾ ਬਾਹਰ ਲਈ ਆ ਚਾਰ, ਅਤੇ ਮੈਂ ਫਿਰ ਕਾਹਨੂੰ, ਉਹ ਵੀ ਖੇਡਣ ਤੋਂ ਹਟ ਜਾਂਦੇ, ਫਿਰ ਉਹ ਵੀ ਖੇਡਣ ਲੱਗ ਜਾਓ, ਜਾਂ ਕੋਈ ਚੀਜ਼ ਦੀ ਉਮੀਦ ਨਹੀਂ ਲੱਗਦੀ, ਜਿੱਦਾਂ ਉਮੀਦ ਲੱਗਦੀ। ਇਸ ਕਰਕੇ ਪਿੰਡ ਦੇ ਹੀ ਪਲੇਅਰ ਮੇਰੇ ਫਸਟ ਜਿਹੜੀ ਪਿਓਰਟੀ ਆ ਉਹ ਪਿੰਡ ਦੇ ਜਿਹੜੇ ਨੋਰਮਲ ਪਿੰਡ ਦੀ ਟੀਮ ਦੇ ਵਿੱਚ ਪਿੰਡ ਦੇ ਮੁੰਡੇ ਹੋਣੇ ਚਾਹੀਦੇ, ਕੋਈ ਨਹੀਂ, ਜੇ ਤੁਹਾਡੇ ਘੱਟ ਦੇ ਵੱਧਦੇ ਫਿਰ ਤੁਸੀਂ ਬਾਹਰੋਂ ਪਾ ਲਓ, ਕਿਉਂਕਿ ਜਗ ਤਾਂ ਜਦੋਂ ਤੁਸੀਂ ਗਰਾਊਂਡ 'ਚ ਖੇਡੋਗੇ ਤਾਂ ਤੁਹਾਡੀ ਪ੍ਰੈਕਟਿਸ ਬਣਨੀ, ਤਦੇ ਜਗ ਖੋਲਣੀ, ਤੁਸੀਂ ਤਗੜੀ ਟੀਮਾਂ ਨਾਲ ਖੇਡੋਗੇ ਤਦੇ ਤਗੜੇ ਖੇਡੋਗੇ। ਹਾਂਜੀ, ਜਦ ਹੁਣ ਚਾਰ ਬਾਹਰ ਲਿਆ ਉਹਨਾਂ, ਹਾਂ ਇਹਦੇ ਵਿੱਚ ਹੋਰ ਵੀ ਗੱਲ ਹੈ, ਉਹਨਾਂ ਇੰਟਰਸਟ ਵੀ ਘੱਟਦਾ ਦੇਖਣ ਵਾਲਿਆਂ ਦਾ, ਮਤਲਬ ਵਿਛੌੜੀ ਵਾਲੀ ਟੀਮ ਦੇਖਦੇ ਆ, ਚਾਰ ਬੰਦੇ ਪਲੇਅਰ ਬਾਹਰਲੇ ਆ, ਉਹਨਾਂ ਇੰਟਰਸਟ ਨਹੀਂ ਰਹਿੰਦਾ ਜਿੰਨੇ ਕਿ ਸਾਰੇ ਪਿੰਡ ਦੇ ਹੀ ਵਿਛੌੜੀ ਵਾਲੇ ਖੇਡਣ ਪਲੇਅਰ, ਮੰਨ ਲਓ ਪਿੰਡ ਦੇ ਖੇਡਣ, ਹਾਂਜੀ ਫਰਕ ਪੈਂਦਾ, ਉਹਨਾਂ ਇੰਟਰਸਟ ਵੱਧਦਾ, ਉਹਨਾਂ ਜੋਸ਼ ਵੱਧਦਾ। ਮੈਂ ਖੁਦ, ਮੈਨੂੰ ਸ਼ੌਕ ਬਹੁਤ ਰਿਹਾ ਗੇਮਾਂ ਦਾ, ਮੈਂ ਟੂਰਨਾਮੈਂਟ ਦਾ ਮੈਨੂੰ ਬਹੁਤ ਸ਼ੌਕ ਸੀ ਗੇਮਾਂ ਦਾ, ਫੁੱਟਬਾਲ ਦਾ ਜਾਂ ਕਬੱਡੀ ਦਾ, ਖੁਦ ਸ਼ੌਕ। ਦੱਸੋ ਇਹਦੇ ਬਾਰੇ, ਖੁੱਲ੍ਹ ਕੇ ਦੱਸੋ ਥੋੜ੍ਹਾ ਜਿਹਾ, ਫਿਰ ਬਹੁਤ ਸ਼ੌਕ। ਹੁਣ ਜਦੋਂ ਟੀਮਾਂ ਉਸ ਵੇਲੇ ਖੇਡਦੀਆਂ ਹੁੰਦੀਆਂ ਸੀਗੀਆਂ, ਬੜਾ ਮੈਂ ਬਾਹਰ ਅਸੀਂ ਦੇਖਣਾ ਆਪਣੇ ਸਾਥੀਆਂ ਨਾਲ, ਮਾਲਾ ਪਹਿਲਾਂ ਹੀ ਜਦੋਂ ਪੂਰਾ ਮੈਚ ਮਗਿਆ ਹੋਣਾ, ਨਹੀਂ ਗੋਲ ਹੋਣਾ, ਥੋੜ੍ਹੇ ਮਿੰਟ ਰਹਿ ਜਾਣੇ ਆ, ਜਦੋਂ ਚਲੋ ਅੱਧਾ ਘੰਟਾ ਰਹਿ ਗਿਆ, ਫਿਰ ਅਨਾਊਂਸ ਕਰ ਦੇਣਾ। ਹਾਂਜੀ, ਇਹ 1981-82 ਦੀਆਂ ਗੱਲਾਂ ਮੇਰੀਆਂ, ਜਿੱਥੇ ਮੈਂ ਸ਼ੁਰੂਆਤ ਫਿਰ ਦੇਖਦੇ ਤਾਂ ਪਹਿਲਾਂ ਰਹੇ ਹਾਂ, ਅਨਾਊਂਸ ਕਰ ਦੇਣਾ ਵੀ ਜਿਹੜਾ ਵੀ ਗੋਲ ਕਰੇ ਉਹਨੂੰ ਇੰਨੇ ਪੈਸੇ ਇਨਾਮ ਦੇ ਦੇਣੇ ਆ, 100 ਰੁਪਏ ਵਾਲਾ ਜਿਹੜਾ ਗੋਲ ਕਰ ਦੂਗਾ, ਮਤਲਬ ਕੀ ਸੀਗਾ, 100 ਰੁਪਏ ਦੀ ਗੱਲ ਨਾ ਸੀਗੀ, ਉਸ ਟਾਈਮ 100 ਵੀ ਬਹੁਤ ਸੀ, ਪੈਸੇ ਵੀ ਚਲੋ ਬਹੁਤ ਰੱਖ ਲਓ, ਹਾਂਜੀ ਹਾਂਜੀ ਰੱਖ ਲਓ, ਉਹ ਕੀ ਸੀਗਾ, ਪਲੇਅਰਾਂ ਦਾ ਇੱਕ ਹੌਸਲਾ ਵਧਾਉਣਾ ਹੁੰਦਾ ਸੀ, ਹੌਸਲਾ ਵਧਾਉਣਾ ਹੁੰਦਾ ਜੀ, ਵੀ ਖੇਡਣ ਤੁਹਾਡੇ ਪਿੱਛੇ ਸਪੋਰਟ ਵਾਲੇ ਹੈਗੇ ਆ, ਇੰਨਾ ਸ਼ੌਕ ਲਾ ਦੇਣਾ, ਲਾ ਦੇਣੇ ਅਗਲੇ ਟੀਮ ਜਿੱਤ ਜਾਂਦੀ ਸੀਗੀ, ਉਹਨਾਂ ਹੌਸਲਾ ਵੱਧ ਜਾਂਦਾ ਸੀਗਾ, 100-100 ਵੀ ਲਾ ਦੇਣਾ ਉਸ ਵੇਲੇ, ਹੁਣ ਤਾਂ ਚਲੋ 500 ਵੀ ਲਾ ਦੇਈਦਾ ਕਈ ਵਾਰੀ, ਪਰ ਹੁਣ ਟੀਮਾਂ ਅਲੋਪ ਹੋ ਗਈਆਂ। ਹੁਣ ਤੁਹਾਨੂੰ ਇੱਕ ਵਾਰੀ ਮੈਂ ਗੱਲ ਦੱਸਦਾ, ਤੁਸੀਂ ਹੈਰਾਨ ਰਹੋਗੇ। ਹਾਂਜੀ, ਮੈਂ ਮੇਰੇ ਲਾਗੇ ਪਿੰਡ ਹੈ, ਮੈਂ ਕਰੌਰ ਉੱਥੇ ਲੱਗਿਆ ਹੁੰਦਾ ਸੀਗਾ। ਅੱਛਾ ਜੀ, ਮੇਰੇ ਕੋਲ ਦੋ ਪਿੰਡਾਂ ਦੇ, ਕਰੌਰ ਅਤੇ ਗੁਲਪੁਰ ਜੀ, ਗੁਲਪੁਰ ਵੀ ਪਿੰਡ ਮਸ਼ਹੂਰ ਹੈ, ਪੜ੍ਹਿਆ ਲਿਖਿਆ ਪਿੰਡ ਹੈਗਾ, ਉੱਥੇ ਵੀ ਟੂਰਨਾਮੈਂਟ ਹੁੰਦਾ, ਉਹ ਸਾਲਾਨਾ ਟੂਰਨਾਮੈਂਟ ਉਹ ਵੀ ਕਰਾਉਂਦੇ ਆ। ਠੀਕ ਹੈ ਜੀ, ਮੈਨੂੰ ਕਰੌਰ ਤੋਂ ਜਦ ਮੈਂ ਤੁਰਿਆ ਤਾਂ ਮੈਨੂੰ ਗੁਲਪੁਰ ਦੇ ਵਿੱਚੋਂ ਲੰਘਣਾ ਪੈਂਦਾ ਆਪਣੇ ਪਿੰਡ ਨੂੰ ਆਉਣ ਨੂੰ। ਹਾਂਜੀ, ਮੈਂ ਉੱਥੋਂ ਆਉਂਦਾ, ਜਦੋਂ ਆਉਂਦਾ ਮੈਂ ਸਾਈਕਲ 'ਤੇ ਸੀਗਾ ਉਸ ਵੇਲੇ ਜੀ, ਜਦੋਂ ਮੈਂ ਮੋੜ ਕੱਟਣ ਲੱਗਾ ਉੱਥੇ ਲੋਕ ਬਹੁਤ ਸਾਰੇ ਮੁੰਡੇ ਲੋਕ ਇਕੱਠੇ ਹੋਏ ਸੀਗੇ ਜੀ,
ਚਲੋ ਮੇਰੇ ਮਨ 'ਚ ਆਇਆ ਕਿ ਮੈਂ ਦੇਖ ਲਵਾਂ ਵੀ ਇਕੱਠੇ ਕਾਹਦੇ ਹੋਏ ਆ, ਵੀ ਕੋਈ ਵਾਕਿਆ ਤਾਂ ਨਹੀਂ ਵਾਪਰ ਗਿਆ, ਕੀ ਗੱਲ ਹੋਈ ਆਪਣੇ, ਦੇਖ ਲੈਣ। ਮੈਂ ਉਤਰਿਆ ਉੱਥੇ, ਮੈਂ ਪੁੱਛਿਆ ਮੈਂ ਇਹ ਕੀ ਗੱਲ ਹੋਈ। ਇਹ ਕਹਿੰਦੇ ਵੀ ਟਾਈਆਂ ਪੈਣੀਆਂ, ਮਤਲਬ ਜਦੋਂ ਟੂਰਨਾਮੈਂਟ, ਹੁਣ ਤਾਂ ਮੋਬਾਈਲ 'ਤੇ ਲਿਖਾ ਦਿੰਦੇ ਨਾ ਵੀ ਮੇਰੀ ਟੀਮ ਐਂਟਰ ਕਰ ਲਓ। ਅੱਛਾ ਜੀ। ਉਹ ਐਂਟਰ, ਉਹਨੂੰ ਟਾਈਮ ਵੀ ਫੋਨ 'ਤੇ ਮਿਲ ਜਾਂਦਾ। ਉਸ ਵੇਲੇ ਇੱਕ ਦਿਨ ਪਹਿਲਾਂ ਟਾਈਆਂ ਪਾਈਆਂ ਜਾਂਦੀਆਂ ਸੀਗੀਆਂ, ਜਿੰਨੀਆਂ ਟੀਮਾਂ ਆਉਣੀਆਂ ਸੀਗੀਆਂ ਉਹਨਾਂ ਦੀਆਂ ਟਾਈਆਂ ਪੈਂਦੀਆਂ ਸੀਗੀਆਂ। ਠੀਕ ਹੈ ਜੀ। ਉੱਥੇ ਸਰਦਾਰ ਹਰਜਿੰਦਰ ਸਿੰਘ ਗੁਲਪੁਰ ਮੁੱਖਾ ਜੀ ਜਿਹੜੇ ਪ੍ਰਧਾਨ ਬੈਠੇ ਸੀ, ਕਮੇਟੀ ਪੂਰੀ ਬੈਠੀ ਸੀਗੀ। ਹਾਂਜੀ। ਉਹਨੇ ਮੈਨੂੰ ਜਦੋਂ ਦੇਖਿਆ, ਉਹ ਕਹਿੰਦੇ ਆ ਜਾਓ ਜੀ, ਆ ਜਾਓ ਤੁਸੀਂ ਮੋਹਰ ਨੂੰ, ਆ ਜਾਓ ਪਟਵਾਰੀ ਜੀ, ਆ ਜਾਓ। ਮੈਂ ਉੱਥੇ ਮੋਹਰ ਨੂੰ ਹੋ ਗਿਆ। ਹਾਂਜੀ। ਅਤੇ ਮੈਂ ਕਿਹਾ ਕੀ ਕਰ, ਕਹਿੰਦੇ ਅੱਜ ਟਾਈਆਂ ਪੈ ਗਈਆਂ ਵੀ ਸਵੇਰ ਨੂੰ ਟੂਰਨਾਮੈਂਟ ਸ਼ੁਰੂ ਸਾਡੇ ਪਿੰਡ। ਹਾਂਜੀ। ਮੈਂ ਵੀ ਸਾਡੇ ਪਿੰਡ ਦਾ ਕਿਹਦੇ ਨਾਲ ਮੈਚ ਹੈ? ਹਾਂਜੀ। ਉਹ ਕਹਿੰਦੇ ਤੁਹਾਡੇ ਪਿੰਡ ਨੇ ਟੀਮੇ ਨਹੀਂ ਐਂਟਰ ਕਰਾਈ। ਅੱਛਾ ਜੀ। ਦੇਖੋ ਲਾਗੇ ਪਿੰਡ ਹੋਵੇ, ਪਿੰਡ ਸਾਡਾ ਮਸ਼ਹੂਰ ਹੋਵੇ, ਟੀਮ ਵੀ ਮਸ਼ਹੂਰ ਹੋਵੇ, ਟੀਮ ਵੀ ਮਸ਼ਹੂਰ ਹੋਵੇ ਜੀ, ਉਹ ਕਹਿੰਦੇ ਟੀਮੇ ਨਹੀਂ ਐਂਟਰ ਕਰਾਈ। ਮੈਂ ਹੈਰਾਨ ਰਹਿ ਗਿਆ, ਮੇਰੇ ਤੌਰ ਪਰ ਉੜ ਗਏ। ਮੈਂ ਵੀ, ਮੈਂ ਤਾਂ ਸ਼ੌਕ ਆ ਜੀ ਦੇਖਣਾ, ਜਦੋਂ ਆਪਣੇ ਪਿੰਡ ਦੀ ਟੀਮ ਕਿਤੇ ਐਂਟਰ ਹੋਈ ਹੋਵੇ ਫਿਰ ਹੋਰ ਇੰਟਰਸਟ ਵੱਧ, ਮਾਣ ਹੁੰਦਾ ਜੀ, ਮਾਣ ਮਾਣ ਵੀ ਹੁੰਦਾ, ਦੇਖਣ ਵੀ ਜਾਂਦਾ ਦੇਖਣਾ। ਮੈਂ ਜੀ ਬੜੂਆ ਕੱਢਿਆ, ਮੈਂ ਜੀ ਇਹਦੀ ਐਂਟਰੀ ਫੀਸ ਕਿੰਨੀ ਹੈ? ਦੇਖੋ ਮੈਂ ਪਲੇਅਰਾਂ ਨੂੰ ਕਿਸੇ ਨੂੰ ਨਹੀਂ ਪੁੱਛਿਆ, ਨਹੀਂ ਹਾਂਜੀ ਨਾ, ਉਸ ਵੇਲੇ ਟੈਲੀਫੋਨ ਕੋਈ ਕੋਈ ਹੁੰਦਾ ਸੀਗਾ ਮੋਬਾਈਲ। ਮੈਂ 200 ਰੁਪਈਆ ਕੱਢਿਆ, ਮੈਂ ਕਿਹਾ ਜੀ ਆਹ ਟੀਮ ਐਂਟਰੀ ਕਰੋ ਵਿਛੋੜੀ ਦੀ, ਪਲੇਅਰ ਆਉਣ ਨਾ ਆਉਣ ਉਹ ਵੱਖਰੀ ਗੱਲ ਹੈ, ਇਹੀ ਹੈ ਪਿਆਰ, ਇਹੀ ਹੈ ਨਾ। ਉਹਨਾਂ ਨੂੰ 200 ਰੁਪਈਆ ਦਿੱਤਾ, ਟੀਮ ਐਂਟਰੀ ਕਰਾਤੀ ਵਿਛੋੜੀ ਦੀ ਜੀ, ਵੀ ਕਰੋ। ਉਹਨੇ ਜਦੋਂ ਐਂਟਰ ਕਰਤੀ, ਮੈਚ ਵੀ ਦੱਸਤਾ, ਟਾਈਮ ਵੀ ਦੱਸਤਾ। ਮੈਂ ਸਿੱਧਾ ਹੀ ਗਿਆ ਪਿੰਡ, ਗਰਾਊਂਡ 'ਚ ਖੇਡਦੇ ਸੀਗੇ ਸਾਰੇ ਪਲੇਅਰ, ਪ੍ਰੈਕਟਿਸ ਕਰਦੇ ਸੀਗੇ। ਪਰ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਉਹਨਾਂ ਨੂੰ ਕੋਈ ਪਤਾ ਨਹੀਂ, ਉੱਦਾਂ ਟੂਰਨਾਮੈਂਟ ਬਾਰੇ ਪਤਾ ਸੀਗਾ। ਅੱਛਾ। ਪਰ ਕੋਈ ਪਲੇਅਰਾਂ ਦੀ ਆਪਸ ਵਿੱਚ ਹੀ ਹੋਊਗੀ ਜੀ, ਕਿੱਦਾਂ ਉਹਨੇ ਟੀਮੇ ਨਹੀਂ ਐਂਟਰ ਕਰਾਈ। ਅੱਛਾ ਜੀ। ਮੈਂ ਸਿੱਧੇ ਗਰਾਊਂਡ 'ਚ ਗਿਆ, ਮੈਂ ਹਾਂ ਵੀ ਮੈਨੂੰ ਪਲੇਅਰ ਮੇਰੇ ਇੱਕ ਦੋ, ਮੈਂ ਵੀ ਗੱਲ ਇੱਦਾਂ ਵੀ ਮੈਂ ਤਾਂ ਉੱਧਰੋਂ ਆਇਆ ਇੱਦਾਂ ਦਾ ਕਰਕੇ, ਵੀ ਜਦ ਮੈਂ ਦੇਖਿਆ ਤੁਹਾਡੀ ਐਂਟਰੀ ਨਹੀਂ, ਮੈਂ ਤਾਂ ਵੀ ਟੀਮ ਤੁਹਾਡੀ ਐਂਟਰ ਕਰਾਇਆ, ਤੁਹਾਡਾ ਮੈਚ ਹੋਵੇ ਇਹਨੂੰ। ਹਾਂਜੀ। ਤੁਸੀਂ ਇਹ ਦੇਖੋ ਕਿ ਉਹੀ ਟੀਮ ਫਾਈਨਲ ਪਹੁੰਚੀ। ਓ ਦੇਖੋ ਵਧੀਆ, ਫਾਈਨਲ ਵਿੱਚ ਉਹ ਟੀਮ ਪਹੁੰਚੀ ਹੈ ਜਿੱਥੇ ਕਿ ਉਹ ਐਂਟਰੀ ਨਹੀਂ ਕਰਾਈ, ਉਮੀਦ ਨਹੀਂ ਸੀਗੀ, ਜਿੱਥੇ ਨਾਮ ਨਾਮ ਨਿਸ਼ਾਨ ਨਹੀਂ ਸੀਗਾ। ਇੰਨਾ ਸ਼ੌਕ ਹੁੰਦਾ, ਅੱਜ ਵੀ ਮੈਨੂੰ ਕੋਈ ਪਲੇਅਰ ਪੁਰਾਣਾ ਮਿਲ ਜਾਂਦੇ ਆ, ਹੋਰ ਜਿਹੜੇ ਖੇਡੇ ਆ, ਜਿੱਦਾਂ ਹਾਂਜੀ ਕੋਈ ਚੱਕ ਫੁੱਲੂ ਦੇ ਇੱਧਰ, ਚੱਕ ਸਿੰਘ ਦੇ ਪਨਾਮ ਦੇ ਕੋਈ ਪੁਰਾਣੇ ਪਲੇਅਰ ਜਿਹੜੇ ਮੈਨੂੰ ਜਾਣਦੇ, ਉਹ ਵੀ ਹੈ, ਮੇਰਾ ਮਨ ਉਹਦੇ ਖੁਸ਼ ਹੋ ਜਾਂਦਾ ਵੀ ਲੈ ਵਿਆ ਤਾਂ ਪੁਰਾਣਾ ਪਲੇਅਰ ਸੀਗਾ ਜੀ, ਬਹੁਤ ਵਧੀਆ ਪਲੇਅਰ ਸੀਗਾ ਜੀ, ਸਹੀ ਇੱਦਾਂ ਬੜਾ ਸ਼ੌਕ ਸੀਗਾ। ਸ਼ੌਕ ਨਾ ਜੀ, ਸ਼ੌਕ ਦਾ ਮੌਕਾ ਥੋੜਾ, ਪਰ ਹੁਣ ਟੀਮਾਂ ਨਹੀਂ ਹੈਗੀਆਂ, ਪਲੇਅਰ ਪੂਰੇ ਨਹੀਂ ਹੋ ਰਹੇ, ਮਸਲਾ ਹੋ ਗਿਆ, ਮਸਲਾ ਹੋ ਗਿਆ। ਸੋ ਆ ਵੀ ਸਰ ਜੀ, ਹੋਰ ਦੱਸੋ ਇੱਕ ਚੀਜ਼ ਕਿ ਨੈਕਸਟ ਜਿੱਦਾਂ ਹੁਣ ਤੁਸੀਂ ਦੇਖ ਲਓ ਕਿ 2024 ਚੱਲਦਾ ਪਿਆ ਆ, ਸੋ ਨੈਕਸਟ ਆਉਂਦੇ ਤੁਸੀਂ 5 ਸਾਲਾਂ ਨੂੰ ਜਿਹੜਾ ਆਪਣਾ ਵਿਛੋੜੀ ਪਿੰਡ ਆ ਉਹਨੂੰ ਆਪ ਜੀ ਕਿੱਥੇ ਦੇਖਣਾ ਚਾਹੁੰਦੇ? ਮਤਲਬ ਜੇ ਹੁਣ ਆਪ ਜੀ ਨੂੰ ਲੱਗਦਾ ਕਿ ਆਪ ਜੀ ਦਾ ਪਿੰਡ ਇੱਥੇ ਆ ਅਤੇ ਉਸਨੂੰ ਤੁਸੀਂ ਆਪ ਜੀ ਇੱਥੇ ਦੇਖਣਾ ਚਾਹੁੰਦੇ, ਕਿੱਥੇ ਦੇਖਣਾ ਚਾਹੁੰਦੇ? ਦੇਖੋ ਕੀ ਉਹਦੇ ਵਿੱਚ ਸੁਧਾਰ ਕਰ ਸਕਦੇ ਹਾਂ ਆਪਾਂ ਪਿੰਡ ਦੇ ਵਿੱਚ? ਜੇ ਕੋਈ ਬੰਦਾ, ਕੋਈ ਵੀ ਮੇਰੇ ਪਿੰਡ ਵਾਸੀ ਹੋਊਗਾ, ਮੈਂ ਨਹੀਂ ਇਕੱਲਾ, ਹੋਰ ਵੀ ਮੇਰੇ ਪਿੰਡ ਦੇ ਵਾਸੀ ਆ, NRI ਵਿਦੇਸ਼ਾਂ ਵਿੱਚ ਬੈਠੇ ਆ, ਉੱਥੇ ਵੀ ਰਹਿੰਦੇ ਆ, ਉਹ ਤਾਂ ਵਿਕਾਸ ਤਾਂ ਚਾਹੁੰਦੇ ਹੀ ਆ ਵੀ ਮੇਰਾ ਪਿੰਡ ਹੋਰ ਤਰੱਕੀ ਕਰੇ, ਸੜਕਾਂ ਵਧੀਆ ਹੋਣ। ਹੁਣ ਜਿਵੇਂ ਪਿੱਛੇ ਜੇ ਹੜ੍ਹ ਆ ਗਏ ਸੀਗੇ, ਹੁਣ ਜਿਹੜੀਆਂ ਸੜਕਾਂ ਰਸਤੇ ਕਾਫੀ ਖਰਾਬ ਹੈ ਇਸ ਵਕਤ ਹਲੇ। ਹਾਂਜੀ। ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਵੀ ਉਸ ਸੜਕਾਂ ਜਿਹੜੀਆਂ ਵਧੀਆ ਬਣਨ ਜੀ, ਜੋ ਪਾਣੀ ਦੇ ਨਿਕਾਸ ਹੈਗੇ ਆ, ਆਮ ਕਰਕੇ ਪਿੰਡਾਂ ਵਿੱਚ ਜਿਹੜੇ ਰੌਲੇ ਜ਼ਿਆਦਾਤਰ ਪਾਣੀ ਦੇ ਨਿਕਾਸ ਦੇ ਹੈਗੇ ਜ਼ਿਆਦਾ। ਹਾਂਜੀ। ਠੀਕ ਹੈ ਨਾ ਜੀ, ਉਹਨਾਂ ਦਾ ਹੱਲ ਹੋਵੇ। ਹਾਂਜੀ। ਠੀਕ ਹੈ ਨਾ ਜੀ, ਅਤੇ ਖੇਡਾਂ ਵਾਲਾ ਜਿਹੜਾ ਜ਼ਿਆਦਾ ਵੀ ਧਿਆਨ ਦੇਣਾ, NRI ਵੀਰ ਵੀ ਉਹਨਾਂ ਨੂੰ, ਪਲੇਅਰਾਂ ਨੂੰ ਜਾਂ ਹੋਰ ਟੀਮਾਂ ਨੂੰ
ਉਹਨਾਂ ਸਪੋਰਟ ਕਰਨ। ਹੈ ਜੀ, ਸਟੇਡੀਅਮ ਤਾਂ ਚਲੋ ਨਹੀਂ ਬਣਦੇ ਪਰ ਹੋਣਾ ਚਾਹੀਦਾ, ਪਰ ਬਣਦੇ ਜੀ ਉਹਨਾਂ ਨੂੰ ਜਗ੍ਹਾ ਵੀ ਚਾਹੀਦੀ ਹੈ। ਹਾਂਜੀ, ਠੀਕ ਹੈ ਨਾ, ਫੰਡ ਵੀ ਚਾਹੀਦੇ, ਉੱਧਰ ਵੀ ਧਿਆਨ ਦੇਣ, ਹੋਰ ਸੱਭਿਆਚਾਰਕ ਸਕੂਲ ਦੇ ਜੋ ਹੋਰ ਵੀ ਇਹ ਤੋਂ ਅੱਗੇ ਅਪਗ੍ਰੇਡ ਹੋਣਾ ਚਾਹੀਦਾ ਜੀ। ਹੈ ਜੀ, ਉਹ 'ਚ ਟੀਚਰ ਪੂਰੇ ਹੋਣੇ ਚਾਹੀਦੇ ਆ, ਉਹ ਵਧੀਆ ਪੜ੍ਹਾਈ ਕਰਾਉਣ ਬੱਚਿਆਂ ਨੂੰ, ਹੋਰ ਪੜ੍ਹ ਲਿਖਣ ਜੀ। ਠੀਕ ਹੈ ਜੀ, ਇਹ ਸਭ ਕੁਛ ਜਿਹੜਾ ਹੈ ਪਿੰਡ ਦੀ ਸਹਿਯੋਗ ਨਾਲ, ਪਿੰਡ ਦੇ ਜੋ ਐੱਨ ਆਰ ਆਈ ਵੀਰ ਹੈ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਹੁੰਦਾ ਆ। ਠੀਕ ਹੈ ਨਾ ਜੀ 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 ਅਤੇ ਇਸ ਕਰਕੇ ਮੈਂ ਇਹੀ ਕਹਿਣਾ ਵੀ ਵੱਧ ਤੋਂ ਵੱਧ ਪਿੰਡ ਦੀ ਤਰੱਕੀ ਹੋਵੇ, ਰਲ ਮਿਲ ਕੇ ਹੋਵੇ ਜੀ। ਠੀਕ ਹੈ ਨਾ। ਸੋ ਆਪ ਜੀ ਦੀ ਕੋਈ ਖੁਆਇਸ਼ ਹੁਣ ਆਉਂਦੇ ਸਾਲਾਂ ਨੂੰ, ਕੋਈ ਮਨ 'ਚ ਇੱਦਾਂ ਦੀ ਗੱਲ ਹੋਵੇ ਕਿ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਮੈਂ, ਜਿੱਦਾਂ ਹੁਣ ਤੁਸੀਂ ਸੋਰੀ ਆਪ ਜੀ ਨੇ ਦੱਸਿਆ ਹੈ ਕਿ ਮੈਨੂੰ ਬਹੁਤ ਸ਼ੌਂਕ ਸੀਗਾ ਫੁੱਟਬਾਲ ਖੇਡਣ ਦਾ, ਸੋ ਕੋਈ ਆਪ ਜੀ ਦਾ ਸ਼ੌਂਕ ਦੱਸੋ ਕਿ ਤੁਸੀਂ ਕੀ ਸੋਚ ਰਹੇ ਹਾਂ। ਸ਼ੌਂਕ ਤਾਂ ਇੱਦਾਂ ਹੈਗਾ ਵੀ ਜਿੱਦਾਂ ਵੀ ਮੇਰੇ ਮਨ 'ਚ ਸੀਗਾ, ਸਾਡੇ ਮਹਿੰਦਰ ਸਿੰਘ ਢਿੱਲੋਂ ਤੁਹਾਨੂੰ ਦੱਸਿਆ ਸੀਗਾ ਟੂਰਨਾਮੈਂਟ ਕਰਾਉਂਦੇ ਸੀਗੇ। ਹਾਂਜੀ ਹਾਂਜੀ ਹਾਂਜੀ। ਉਹਨਾਂ ਦਾ 93 ਜਾਂ 94 ਜਨਮ ਦਿਨ ਸੀਗਾ ਉਹਨਾਂ ਦਾ। ਅੱਛਾ ਜੀ, ਵਾਲੇ ਹੈਗੇ ਆ। ਅੱਛਾ ਜੀ, ਉਹਨਾਂ ਨੇ ਟੂਰਨਾਮੈਂਟ ਕਰਾਇਆ ਕੁੜੀਆਂ ਦਾ, ਫੁੱਟਬਾਲ ਦਾ, ਆਪਣੇ ਜਨਮ ਦਿਨ 'ਤੇ ਫੁੱਟਬਾਲ ਦਾ ਪਿੰਡ 'ਚ ਕੁੜੀਆਂ ਦਾ। ਹਾਂ, ਬਾਹਰੋਂ ਅਕੈਡਮੀਆਂ ਉਹਨੇ ਕੁੜੀਆਂ ਸੱਦੀਆਂ। ਹਾਂਜੀ, ਟੀਮਾਂ ਬਹੁਤ ਵਧੀਆ, ਮਤਲਬ ਹੋਇਆ ਪਹਿਲਾ ਸਾਡੇ ਟੂਰਨਾਮੈਂਟ ਦਾ ਕੁੜੀਆਂ ਦਾ ਇਕੱਲਾ ਆਉਣ ਲਈ। ਅੱਛਾ ਜੀ, ਉਹਨੇ ਆਪਣੇ ਜਨਮ ਦਿਨ 'ਤੇ ਕਰਾਇਆ ਸੀਗਾ, ਬਹੁਤ ਵਧੀਆ ਲੱਗਿਆ। ਹੁਣ ਉਹ ਚਲੋ ਕੁਛ ਸਿਆਣੇ ਹੋ ਗਏ, ਹੁਣ ਵੀ ਉਹਨਾਂ ਦੀ ਤਾਂ ਵੈਸੇ ਤਾਂ ਖੁਆਇਸ਼ ਹੁਣ ਵੀ ਹੈ ਵੀ ਕਰਾਵੇ, ਪਰ ਥੋੜ੍ਹੇ ਹੁਣ ਏਜ ਉਹਨਾਂ ਦੀ ਹੋ ਗਈ ਹੈ। ਅਤੇ ਮੇਰੀ ਵੀ ਹਰੇਕ ਦੇ ਮਨ 'ਚ ਖੁਆਇਸ਼ ਹੁੰਦੀ ਹੈ ਕਿ ਜੇ ਪਰਮਾਤਮਾ ਟਾਈਮ ਦੇਵੇ, ਸਭ ਤੋਂ ਪਹਿਲਾਂ ਪਰਮਾਤਮਾ ਜ਼ਰੂਰੀ ਹੈ। ਹਾਂਜੀ, ਉਹ ਤਾਂ ਜ਼ਰੂਰੀ ਹੈ। ਠੀਕ ਹੈ, ਅਤੇ ਮਨ 'ਚ ਹੈਗਾ ਅਤੇ ਪਿੰਡ ਦੇ ਸਹਿਯੋਗ ਨਾਲ, ਅਤੇ ਹੁਣ ਸਾਡੇ ਪਿੰਡ 2 ਸਾਲ ਤੋਂ ਟੂਰਨਾਮੈਂਟ ਨਹੀਂ ਹੋਇਆ ਕਿਸੇ ਕਾਰਨ ਜੀ। ਹੁਣ ਜਿਨ੍ਹਾਂ ਨੇ ਟੂਰਨਾਮੈਂਟ ਕਰਾਉਣਾ ਸੀਗਾ, ਚਲੋ ਉਹ ਪਿੰਡ ਕਿਸੇ ਕਾਰਨ ਪਿੰਡ 'ਚ ਹਾਜ਼ਰ ਨਹੀਂ ਸੀਗੇ ਜੀ। ਠੀਕ ਹੈ ਨਾ, ਅਤੇ ਹੁਣ ਇਹ ਕੁਦਰਤੀ ਗੱਲ ਹੁੰਦੀ ਹੈ, ਜਿਹੜਾ ਬੰਦਾ ਕੋਈ ਕੰਮ ਕਰਦਾ ਆ ਉਹ ਉਹਨੂੰ ਪਤਾ ਹੁੰਦਾ ਜੀ, ਇਹ ਤਾਂ ਕੀ ਤਾਂ ਸਪੋਰਟ ਕਰ ਸਕਦੇ, ਪੈਸੇ ਦੀ ਕਰ ਸਕਦੇ। ਜਿਨ੍ਹਾਂ ਨੂੰ ਇਸ ਕੰਮ ਦਾ ਪਤਾ ਜਾਂ ਕਿੱਦਾਂ ਕਰਨਾ ਉਹ ਉਹਨਾਂ ਨੂੰ ਪਤਾ ਹੁੰਦਾ, ਕਮੇਟੀ ਵਾਲਿਆਂ ਨੂੰ। ਹਾਂਜੀ, ਅਤੇ ਹੁਣ ਮੇਰਾ 2 ਸਾਲ ਤੋਂ ਹੋਇਆ ਨਹੀਂ ਹੈਗਾ। ਸੋ ਆਪ ਜੀ, ਮਤਲਬ ਆਪ ਜੀ ਤਾਂ ਉਹੀ ਆ ਕਿ ਆਪ ਜੀ ਕਰਾਉਣਾ ਚਾਹੁੰਦੇ ਹੋ। ਮੈਂ ਹਾਂ ਕਿ ਇਹੋ ਜਿਹਾ ਟਾਈਮ ਦੇਵੇ ਕਿ ਪਿੰਡ ਦੇ ਸਹਿਯੋਗ ਨਾਲ, ਹੋਰ ਵੀ ਮੈਂ ਭਾਵੇਂ ਛੋਟਾ ਹੀ ਟੂਰਨਾਮੈਂਟ ਕਰਾਵਾਂ, ਹਾਂਜੀ ਜੀ, ਆਪਣੇ ਖਰਚੇ 'ਤੇ ਮੈਂ ਜ਼ਰੂਰ ਟੂਰਨਾਮੈਂਟ ਇਹ ਕਰਾਉਣਾ। ਸੋ ਜੋ ਵੀ ਸਰੋਤੇ ਸੁਣਦੇ ਪਏ, ਆਪਣੀ ਇਹ ਵੀਡੀਓ ਦੇਖਦੇ ਪਏ, ਨਾਲ ਦੀ ਨਾਲ ਸਪੈਸ਼ਲ ਜਿਹੜੇ ਵਿਛੋੜੀ ਪਿੰਡ ਤੋਂ ਆ ਉਹਦੇ 'ਤੇ ਨਾਲ ਹੋ ਰਹੇ ਵੀ ਜਿਹੜੇ ਆਲੇ ਦੁਆਲੇ ਆਪਣੇ ਸਿੱਖ ਭਰਾ ਕੋਈ ਵੀ ਐੱਨ ਆਰ ਆਈ 'ਚ ਬੈਠੇ ਹੋ, ਕੋਸ਼ਿਸ਼ ਕਰੋ ਆਪਣੇ ਪਿੰਡਾਂ ਦੇ ਵਿੱਚ ਵੀ ਕੋਈ ਇੱਦਾਂ ਦੇ ਟੂਰਨਾਮੈਂਟ ਕਰਾਓ। ਅਤੇ ਨਾਲ ਦੇ ਨਾਲ ਮੈਂ ਸਾਰ ਉਹਨਾਂ ਨੂੰ ਕਹਿ ਦਿੰਦਾ ਹਾਂ ਕਿ ਜਦ ਵੀ ਫਿਊਚਰ ਦੇ ਵਿੱਚ ਆਪਣੇ ਪੱਧਰ 'ਤੇ ਸਰ ਉਹਨੀ ਟੂਰਨਾਮੈਂਟ ਕਰਾਓਗੇ, ਉਹਦੇ ਵਿੱਚ ਆਪਾਂ ਵੀ ਕੁਛ ਆਪਣੇ ਵੱਲੋਂ ਫੁੱਲ ਭੇਟਾ ਪਾਵਾਂਗੇ ਜਿੱਦਾਂ। ਥੈਂਕ ਯੂ, ਥੈਂਕ ਯੂ। ਹਾਂਜੀ, ਅਤੇ ਬਾਕੀ ਰਿਕੁਐਸਟ ਆ ਹੋਰ ਜਿੰਨੇ ਵੀ ਵਿਛੋੜੀ ਦੇ ਆਪਣੇ ਦੇਖਦੇ ਪਏ ਹੋ ਐੱਨ ਆਰ ਆਈ ਭਰਾ ਬਾਹਰੋਂ, ਉਹ ਵੀ ਕੋਸ਼ਿਸ਼ ਕਰਨਗੇ ਸਰ ਉਹਨਾਂ ਨਾਲ ਕੰਟੈਕਟ ਕਰਨ ਉੱਥੇ, ਅਤੇ ਜੋ ਸਰ ਉਹਨਾਂ ਦੀ ਖੁਆਇਸ਼ ਹੈਗੀ ਆ ਉਹਨੂੰ, ਹਾਂ ਚਲੋ, ਕੈਰੀ ਔਨ ਰੱਖੋ। ਜਿੱਦਾਂ ਇਕੱਲਾ ਬੰਦਾ ਤਾਂ ਕੁਛ ਨਹੀਂ ਕਰ ਸਕਦਾ, ਖੁਆਇਸ਼ ਹੁੰਦੀ ਹੈ। ਹਾਂਜੀ, ਉਹ ਕਮੇਟੀ ਵਾਲਿਆਂ ਨੂੰ ਦੱਸਾਂਗੇ। ਹਾਂਜੀ, ਅਤੇ ਉਹ ਆਸ ਆ ਮੇਰੇ ਪੂਰੀ ਕਰਨਗੇ। ਹਾਂਜੀ ਹਾਂਜੀ, ਮੇਰਾ ਚਾਹੁੰਦਾ ਵੀ ਚਲੋ ਜੇ ਵੱਡਾ ਨਹੀਂ ਤਾਂ ਉਹ ਹੋ ਸਕਦਾ ਜੀ, ਵੇਟ ਵਾਲਾ ਟੂਰਨਾਮੈਂਟ ਹੁੰਦਾ ਬੱਚਿਆਂ ਦਾ, 50 ਕਿਲੋ ਵੇਟ ਹੋਰ, ਉਹ 'ਚ ਬੱਚੇ ਸਾਰੇ ਆਉਣ, ਉੱਥੋਂ ਜਦੋਂ ਚੱਲੂਗਾ ਪ੍ਰਾਇਮਰੀ ਤੋਂ ਚੱਲੂਗਾ ਤਦੇ ਛੋਟੇ ਤੋਂ। ਹਾਂਜੀ, ਜਿੱਦਾਂ ਆਪ ਜੀ ਨੇ ਦੱਸਿਆ ਕਿ ਆਪ ਜੀ ਜਿੱਦਾਂ ਵਧੀਆ, ਮਤਲਬ ਕਿ ਛੋਟੇ ਲੈਵਲ ਤੋਂ ਆਪਾਂ ਕਰਾਉਂਦੇ ਹਾਂ ਜਿੱਦਾਂ ਟੂਰਨਾਮੈਂਟ, ਸੋ ਛੋਟੇ ਲੈਵਲ 'ਤੇ ਕਰਾ ਕੇ ਨਿਆਣਾ ਜਿੱਦਾਂ ਵੱਡਾ ਹੁੰਦਾ ਆ ਆਪਾਂ ਉਹਨੂੰ ਦੇਖਦੇ ਹਾਂ, ਉਸੇ ਤਰ੍ਹਾਂ ਫਿਰ ਜਿੱਦਾਂ ਛੋਟੇ ਨਿਆਣਿਆਂ ਦਾ ਟੂਰਨਾਮੈਂਟ ਕਰਾਉਣ ਤੋਂ ਜਿੱਦਾਂ ਆਪਾਂ ਉਹ ਕੀ ਮਤਲਬ ਕਿ ਆਪਾਂ ਉਹਦੇ ਵਿੱਚ ਦੇਖਣਾ ਚਾਹੁੰਦੇ ਹਾਂ, ਮਤਲਬ ਕਿ ਆਪਣੀ ਜਿਹੜੀ ਨਵੀਂ ਪੀੜ੍ਹੀ ਆ ਜਿੱਦਾਂ। ਦੇਖੋ, ਉਹਦੇ ਤਾਂ ਮੇਰੇ 2 ਹੀ ਕੰਮ ਹੋ ਜਾਂਦੇ ਆ, ਇੱਕ ਤਾਂ ਮੇਰੀ ਆਪਣਾ ਖੁਆਇਸ਼ ਆ ਜਿਹੜੀ ਦਿਲੀ
ਹਾਂਜੀ ਉਹ ਪੂਰੇ ਹੋਣੇ ਆ ਵੀ ਚਲੋ ਵੇਟ ਵਾਲਾ ਜਿਹੜਾ ਟੂਰਨਾਮੈਂਟ ਹੋਵੇ ਥੱਲੇ ਵਾਲੇ ਜਿਹੜੇ ਬੱਚੇ ਹੈਗੇ ਆ ਉਹ ਟੂਰਨਾਮੈਂਟ 'ਚ ਭਾਗ ਲੈਣ ਉਹ ਟੀਮ ਪੂਰੀ ਵਿਛੌੜੀ ਦੀ ਬਣੇ ਉਹ ਪ੍ਰੈਕਟਿਸ ਪਿੰਡ ਦੀ ਟੀਮ ਬਣੇ ਪ੍ਰੈਕਟਿਸ ਇੱਕ ਜਦੋਂ ਉਹਨੇ ਖੇਡਣ ਆਪਣਾ ਪਤਾ ਲੱਗ ਜਾਣਾ ਵੀ ਟੂਰਨਾਮੈਂਟ ਹੋਣਾ ਜਾਂ ਪ੍ਰੈਕਟਿਸ ਕਰ ਆਪਣਾ ਉਹ ਨਸ਼ਾ ਨਸ਼ੇ ਵੇਲੇ ਉਹਨਾਂ ਧਿਆਨ ਨਹੀਂ ਜਾਊਗਾ ਕਿਸੇ ਦਾ ਜੀ ਉਹ ਸਭ ਕੁਝ ਤਿਆਗ ਕੇ ਗਰਾਊਂਡ 'ਚ ਪ੍ਰੈਕਟਿਸ ਕਰਿਆ ਕਰੂਗੇ ਪੂਰੀ ਟੀਮ ਬਣੂਗੀ ਜਦੋਂ ਉਹ ਟੀਮ ਬਣੀ ਨੇ ਉਹੀ ਟੀਮ ਉੱਪਰ ਜਾਣੀ ਉੱਪਰ ਜਾਣੀ ਆ ਜੋ ਏ ਟੀਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹੀ ਜਦੋਂ ਖੇਡੂਗੇ ਪਹਿਲਾਂ ਮੁੰਡ ਜਿਹੜਾ ਜੇ ਮੁੰਡ 'ਚ ਨਹੀਂ ਖੇਡੇ ਫਿਰ ਗਾਹਾਂ ਜਾ ਕੇ ਨਹੀਂ ਖੇਡਦਾ ਹੁੰਦਾ ਉਹੀ ਆ ਦਰਖਤ ਲਾਵਾਂਗੇ ਤਾਂ ਵੱਡਾ ਹੋਊਗਾ ਜਾਂ ਬੱਚਾ ਜਿਹੜਾ ਸਕੂਲ 'ਚ ਜਦੋਂ ਪੜ੍ਹਦਾ ਉਦੋਂ ਖੇਡ ਸਕਦਾ ਫਿਰ ਮੁੜ ਕੇ ਨਹੀਂ ਖੇਡ ਸਕਦਾ ਜਿਹੜਾ ਸਕੂਲ 'ਚ ਨਹੀਂ ਖੇਡੋ ਬਾਅਦ 'ਚ ਤਾਂ ਖੇਡ ਹੀ ਨਹੀਂ ਸਕਦਾ ਜੀ ਇਸੇ ਕਰਕੇ ਸਕੂਲ 'ਚੋਂ ਪੜ੍ਹਦੇ ਪੜ੍ਹਦੇ ਉਹ ਟੀਮ ਜਿਹੜੀ ਹੈ ਤਿਆਰ ਹੋਵੇ ਉਹ ਖੇਡਣ ਉਹੀ ਟੀਮ ਫਿਰ ਇੱਕ ਤਰ੍ਹਾਂ ਜਿੱਦਾਂ ਪਹਿਲਾਂ ਵਿਛੋੜੀ ਟੀਮ ਹੁੰਦੀ ਸੀਗੀ ਉਸੇ ਤਰ੍ਹਾਂ ਅਸੀਂ ਇੱਕ ਉਸੇ ਜਗ੍ਹਾ 'ਤੇ ਸੁਪਨਾ ਲੈਣਾ ਚਾਹੁੰਦੇ ਵੀ ਉਹੀ ਟੀਮ ਜਿਹੜੀ ਬਣੇ ਅਤੇ ਨਸ਼ਿਆਂ ਤੋਂ ਜਿਹੜੇ ਆ ਸਾਡੇ ਬੱਚੇ ਦੂਰ ਰਹਿਣ ਜ਼ਰੂਰੀ ਆ ਵੀ ਨਸ਼ਾ ਨਹੀਂ ਹੋਣਾ ਚਾਹੀਦਾ ਨਸ਼ਾ ਨਹੀਂ ਹੋਣਾ ਚਾਹੀਦਾ ਇਹ ਛੱਡਣ ਸੋ ਆ ਸੀਗੇ ਆਪਣੇ ਭਾਈ ਉਹਨਾਂ ਦੇ ਵਿਚਾਰ ਅੱਜ ਦੇ ਸਰ ਉਹਨਾਂ ਦੇ ਸੋ ਵਧੀਆ ਲੱਗਿਆ ਸਰ ਉਹਨਾਂ ਨਾਲ ਗੱਲ ਕਰਕੇ ਸਟੂਡੀਓ ਦੇ ਵਿੱਚ ਆਏ ਅਤੇ ਆਪ ਜੀ 'ਤੇ ਵੀ ਜੇ ਕੋਈ ਕੁਸ਼ਚਨ ਕੋਈ ਸਵਾਲ ਕੋਈ ਪ੍ਰਸ਼ਨ ਹੋਊਗੇ ਤਾਂ ਆਪ ਜੀ ਮੈਸੇਜ ਕਰ ਸਕਦੇ ਹਾਂ ਕਮੈਂਟ ਦੇ ਵਿੱਚ ਸੋ ਆਪ ਜੀ ਨੂੰ ਸ਼ੋਰ ਆ ਕਿ ਉਸਦਾ ਵੀ ਆਪ ਜੀ ਨੂੰ ਉੱਤਰ ਮਿਲੂਗਾ ਅਤੇ ਸਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸਟੂਡੀਓ ਦੇ ਵਿੱਚ ਆਏ ਆ ਦੀਪਕ ਜੀਤ ਵਾਲੇ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਉਮੀਦ ਹੈ ਆਪ ਜੀ ਨੈਕਸਟ ਅਗਲੀ ਵਾਰ ਵੀ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਆਪ ਜੀ ਆਪਣੇ ਚਰਨ ਸਾਡੇ ਸਟੂਡੀਓ 'ਚ ਪਾਉਂਗੇ ਸੋ ਮਿਲਦੇ ਹਾਂ ਜੀ ਆਪ ਜੀ ਦੇ ਨਾਲ ਮੇਰੀ ਨੈਕਸਟ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ